ਪੱਲੂ ਰਾਮਗੜੀਆ ਉਹ ਆਪਣੇ ਨਾਮ ਦੇ ਪਿੱਛੇ ਰਾਮਗੜੀਆ ਲਾਉਂਦੇ ਨੇ ਫਿਰ ਤਾਂ ਮੈਂ ਸੌਰੀ ਗੱਲ ਟੋਕਦਾ ਤੁਹਾਡੀ ਮੇਰੀ ਅਪੀਲ ਆ ਸਾਡੇ ਉਸ ਛੋਟੇ ਵੀਰ ਨੂੰ ਮੈਂ ਵੀ ਰਾਮਗੜੀਆ ਦਾ ਮੁੰਡਾ ਜੋ ਕੰਮ ਕਰਦਾ ਮੈਨੂੰ ਲੱਗਦਾ ਉਹਨੂੰ ਨਾਮ ਪਿੱਛੇ ਰਾਮਗੜੀਆ ਟਾ ਲੈਣਾ ਚਾਹੀਦਾ ਪਰ ਉਹਨਾਂ ਨੇ ਕੁਛ ਸਮਾਂ ਪਹਿਲਾਂ ਇਹ ਵੀ ਚੀਜ਼ਾਂ ਕਹੀਆਂ ਸੀਗੀਆਂ ਕਿ ਮੈਨੂੰ ਜਿਹੜੇ ਮਾੜਾ ਬੋਲਦੇ ਨੇ ਉਹ ਮੇਰੇ ਘਰੇ ਰੋਟੀ ਨਹੀਂ ਪਾਉਂਦੇ ਤੇ ਜੇਕਰ ਤਾਂ ਉਹਨਾਂ ਨੂੰ ਦਿੱਕਤ ਹੈ ਮੈਂ ਇਹ ਸਭ ਕੁਝ ਬੰਦ ਕਰ ਦਿੰਦਾ ਉਹ ਮੇਰੇ ਘਰੇ ਰਾਸ਼ਨ ਦੇ ਦਿਆ ਕਰ ਸਾਰੀ ਚੀਜ਼ ਰੋਟੀ ਤੇ ਥੋੜੀ ਹੁੰਦੀ ਆ ਸਾਡੀ ਹਣਕ ਕਿੱਥੇ ਗਈ ਅਸੀਂ ਵੀ ਕੰਮ ਕੀਤਾ ਆ ਮੈਂ ਬਹੁਤ ਸਾਰੇ ਕੰਮ ਕੀਤੇ ਆ ਘਰ ਚਲਾਉਣ ਲਈ ਜ਼ਰੂਰੀ ਥੋੜੀ ਆ ਮੈਂ ਮਰਦ ਦੀ ਜਗ੍ਹਾ ਜਨਾਨੀ ਬਣ ਜਾਵਾਂ ਇਹਦਾ ਕੀ ਮਤਲਬ ਹੋਇਆ ਰੋਟੀ ਨਹੀਂ ਪਾਉਂਦੇ ਇਹਦਾ ਮਤਲਬ ਵੀ ਤੁਹਾਡੇ ਚ ਫਿਰ ਕੋਈ ਕੰਮ ਕਰਨ ਦਾ ਕੋਈ ਮਾਦਾ ਹੀ ਨਹੀਂ ਆ ਹਿੰਮਤ ਰੱਖੋ ਲੋਕ ਕੰਮ ਕਰਦੇ ਨੇ ਸਭ ਕੁਝ ਕਰਦੇ ਆ ਲੋਕ ਠੀਕ ਆ ਤੁਸੀਂ ਇੱਕ ਫਿਟਨੈਸ ਟ੍ਰੇਨਰ ਬਣ ਜਾਓ ਕੋਈ ਗੱਲ ਨਹੀਂ ਪਰ ਤੁਸੀਂ ਦੂਜੇ ਬੰਦਿਆਂ ਨੂੰ ਢਾਹ ਤਾਂ ਨਾ ਲਾਓ ਨਾ ਤੁਸੀਂ ਕਹਿੰਦੇ ਹੋ ਕਿ ਮੈਂ ਕੋਚ ਆਂ ਜੀ ਬਹੁਤ ਤਗੜਾ ਮੇਰੇ ਘਰ ਕੋਈ ਰੋਟੀ ਨਹੀਂ ਪੰਦਾ ਜੀ ਬਹੁਤ سارے ਨਾਮਵਰ ਟੈਲੈਂਟਡ ਬੰਦੇ ਆ ਜਿਹਨਾਂ ਦੇ ਘਰ ਰੋਟੀ ਨਹੀਂ ਦਾਲ ਫੁਲਕਾ ਨਹੀਂ ਚੱਲਦਾ ਪਰਮਾਤਮਾ ਨੇ ਹਰ ਕਿਸੇ ਨੂੰ ਰੋਟੀ ਦਾਲ ਫੁਲਕਾ ਦੇਣਾ ਪਰ ਮੈਨੂੰ ਲੱਗਦਾ ਕਿ ਉਹ ਇਹਦੇ ਵਾਂਗੂ ਕੁੜੀ ਕਰਨ ਲੱਗ ਜਾਂਦੇ ਆ ਜੋ ਬੱਲੂ ਦੀਆਂ ਰੀਲਸ ਅਸੀਂ ਸੋਸ਼ਲ ਮੀਡੀਆ ਤੇ ਵੇਖਦੇ ਆ ਜਾਂ ਜੋ ਉਹ ਕਹਿੰਦੇ ਨੇ ਵੀ ਮੈਂ ਕ੍ਰਿਓਗ੍ਰਾਫਰ ਹੈ ਨਾ ਮੈਂ ਭੰਗੜਾ ਸਿਖਾਉਣਾ ਮੈਂ ਡਾਂਸ ਸਿਖਾਉਣਾ ਇਹ ਮੇਰਾ ਪੈਸ਼ਨ ਹੈ ਨਾ ਅਸਲ ਦੇ ਵਿੱਚ ਉਹ ਕਰਦੇ ਕੀ ਨੇ ਉਹ ਕਹਿੰਦੇ ਨੇ ਵੀ ਮੈਂ ਭੰਗੜਾ ਕੋਚ ਆ ਦੇਖੋ ਜੋ ਵੀ ਕਰਦੇ ਪਰ ਉਹ ਭੰਗੜਾ ਨਹੀਂ ਪਾਉਂਦੇ ਮੈਨੂੰ ਨਹੀਂ ਲੱਗਦਾ ਉਹ ਕਿਹੜੇ ਪਾਸੇ ਭੰਗੜਾ ਪਾਉਂਦੇ ਉਹਨਾਂ ਦੇ ਕਦੇ ਸੋਸ਼ਲ ਮੀਡੀਆ ਤੇ ਠੀਕ ਆ ਵਿਊਜ਼ ਬਹੁਤ ਆਉਣਗੇ ਉਹਨਾਂ ਨੂੰ ਕੋਈ ਜਿਹੜੀਆਂ ਵੀਡੀਓ ਤੇ ਫਿਰ ਕਮੈਂਟ ਬੰਦ ਕੀਤਾ ਕਮੈਂਟ ਤਾਂ ਖੋਲੋ ਜੈਨੂ ਤਾਂ ਤੁਸੀਂ ਪੋਡਕਾਸਟ ਦੇ ਵਿੱਚ ਬੈਠ ਕੇ ਸਮਝਾ ਸਕਦੇ ਹੋ ਕਿ ਮੇਰੇ ਘਰ ਰੋਟੀ ਨਹੀਂ ਪੰਦੀ ਜੀ ਬੰਦਾ ਜੀ ਕੋਈ ਕੋਈ ਮੈਨੂੰ ਇਹਦਾ ਮਤਲਬ ਹੈ ਕਿ ਤੁਸੀਂ ਇੱਕ ਸਿੰਪਥੀ ਲੈ ਕੇ ਸਾਡੇ ਸੱਭਿਆਚਾਰ ਨੂੰ ਢਾਲ ਹੋਣੀ ਹੈ ਮੈਂ ਆਪਣੇ ਮੁੰਡੇ ਨੂੰ ਬੱਲੂ ਦੇ ਕੋਲ ਭੰਗੜਾ ਸਿੱਖਣ ਨਹੀਂ ਭੇਜ ਸਕਦਾ ਮੈਂ ਕਿਸੇ ਚੰਗੇ ਰਿਪਿਊਟਡ ਕੋਚ ਨੂੰ ਲੱਭੂੰਗਾ ਜਿਹੜਾ ਵਾਕਈ ਭੰਗੜਾ ਸਿਖਾਊਗਾ ਮੈਂ ਬੱਲੂ ਦੇ ਕੋਲ ਲਾ ਜਾ ਕੇ ਉਹਨੂੰ ਕੀ ਕਰਨਾ ਮੈਂ ਹੁਣ ਤੁਸੀਂ ਵੀ ਸਾਡੇ ਧੀ ਭੈਣ ਹੋ ਮੇਰੀ ਵੀ ਧੀ ਹੈ ਮੈਂ ਆਪਣੀ ਧੀ ਨੂੰ ਬੱਲੂ ਦੇ ਕੋਲ ਗਿੱਧਾ ਸਿੱਖਣ ਲਈ ਨਹੀਂ ਭੇਜ ਸਕਦਾ ਆ 100 ਜ਼ੋਰਾ ਕਵਿਤਾ ਮੈਂ ਉਹਦੇ ਕੋਲ ਪੇਚ ਸਕਦਾ ਆਪਣੇ ਆਪ ਨੂੰ ਉਸ ਚੀਜ਼ ਦੇ ਵਿੱਚ ਢਾਲ ਲਿਆ ਪਹਿਲਾਂ ਤਾਂ ਪੂਰਾ ਉਹਨਾਂ ਦੀਆਂ ਤੁਸੀਂ ਪਰਫਾਰਮੈਂਸਸ ਦੇਖੋ ਉਹਨਾਂ ਦੇ ਨਾਲ ਜਿੰਨੀ ਪੂਰੀ ਟੀਮ ਆ ਮੈਂ ਜ਼ਿਆਦਾ ਤਾਂ ਨਹੀਂ ਚਲੋ ਮੈਨੂੰ ਪਤਾ ਪਰ ਮੈਨੂੰ ਇੰਨਾ ਪਤਾ ਕਿ ਸ਼ਾਇਦ ਸਾਰੇ ਮੁੰਡੇ ਆ ਜੇ ਉਹ ਕਿਸੇ ਫੰਕਸ਼ਨ ਤੇ ਜਾਂਦੇ ਆ ਤੇ ਉਹ ਮੁੰਡੇ ਬਣ ਕੇ ਥੋੜੀ ਜਾਂਦੇ ਆ ਨਾ ਉਹ ਤਾਂ ਫਿਰ ਆਪਣਾ ਕੰਮ ਕਰਨ ਜਾਂਦੇ ਆ ਔਰ ਉੱਥੇ ਜਾ ਕੇ ਉਹ ਝੱਲ ਖਲਾਰ ਕੇ ਨਹੀਂ ਜਾਂਦੇ ਉੱਥੇ ਜਾ ਕੇ ਉਹ ਪਿਓਰ ਸੱਭਿਆਚਾਰ ਜੋ ਸਾਡਾ ਉਹ ਦਿਖਾ ਕੇ ਆਉਂਦੇ ਆ ਹੁਣ ਤੁਸੀਂ ਬੱਲੂ ਦੀ ਗੱਲ ਕਰਦੇ ਹੋ ਬੱਲੂ ਕਿਸੇ ਪਾਸਿਓ ਵੀ ਨਹੀਂ ਮੈਚ ਕਰ ਸਕਦਾ ਨੂੰ ਜ਼ੁਰਾ ਦੇ ਨਾਲ ਸ਼ਸ਼ੀਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਸ਼ਕ ਨੂੰ ਅੱਜ ਦਾ ਪੋਡਕਾਸਟ ਜਿਹੜਾ ਹੈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲਾ ਕਿਉਂਕਿ ਅੱਜ ਦੇ ਪੋਡਕਾਸਟ ਦੇ ਵਿੱਚ ਗੱਲਬਾਤਾਂ ਹੋਣਗੀਆਂ ਭੰਗੜੇ ਬਾਬਤ ਪੰਜਾਬੀ ਸੱਭਿਆਚਾਰ ਦੇ ਬਾਬਤ ਕਿਉਂਕਿ ਅੱਜ ਕੱਲ ਦੇ ਟਾਈਮ ਦੇ ਵਿੱਚ ਪੰਜਾਬੀ ਸੱਭਿਆਚਾਰ ਜਿਹੜਾ ਹੈ ਅਲੋਪ ਹੋ ਗਿਆ ਭੰਗੜਾ ਅਲੋਪ ਹੋ ਗਿਆ ਹੈ ਬਾਤਾਂ ਰੀਆਂ ਗੱਲਾਂ ਕਰਦੀਆਂ ਨੇ ਮੇਰੇ ਨਾਲ ਇਸ ਵਕਤ ਨੇ ਤਰਨਪਾਲ ਸਿੰਘ ਜੀ ਜਿਨ੍ਹਾਂ ਨੇ ਬਹੁਤ ਸਾਰੇ ਰਿਕਾਰਡਸ ਵੀ ਆਪਣੇ ਨਾਮ ਕੀਤੇ ਨੇ ਕਿਹੜੇ ਕਿਹੜੇ ਰਿਕਾਰਡਸ ਨੇ ਔਰ ਪੰਗੜਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਿੰਨੀ ਅਹਿਮੀਅਤ ਰੱਖਦਾ ਇਸ ਬਾਬਤ ਵੀ ਗੱਲਬਾਤ ਕਰਾਂਗੇ ਸਵਾਗਤ ਕਰ ਲੈਨੇ ਆ ਤਰਨਪਾਲ ਜੀ ਬਹੁਤ ਬਹੁਤ ਸਵਾਗਤ ਹੈ ਟੈਨਿਕਸਵੇਰਾ ਟੀਵੀ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਔਰ ਤੁਹਾਡੇ ਚੈਨਲ ਦਾ ਤੁਹਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਧੰਨਵਾਦ ਕਰਦਾ ਤੁਸੀਂ ਮੌਕਾ ਦਿੱਤਾ ਪੰਜਾਬੀ ਸੱਭਿਆਚਾਰ ਦੇ ਬਾਰੇ ਬੋਲਣ ਦਾ ਕਿਉਂਕਿ ਬਹੁਤ ਕੱਟ ਮੌਕੇ ਅੱਜ ਕੱਲ ਮਿਲ ਰਹੇ ਨੇ ਪੰਜਾਬੀ ਸਭਿਆਚਾਰ ਦੇ ਉੱਤੇ ਬੋਲਣ ਲਈ ਔਰ ਤੁਹਾਡਾ ਪਲੇਟਫਾਰਮ ਮੈਨੂੰ ਲੱਗਦਾ ਬਿਲਕੁਲ ਰਾਈਟ ਪਲੇਟਫਾਰਮ ਹੈ ਕਿਉਂਕਿ ਤੁਹਾਡੇ ਜੈਨੂਇਨ ਵਿਊਅਰਸ ਨੇ ਜੀ ਜੈਨੂਇਨ ਲੋਕ ਤੁਹਾਡਾ ਚੈਨਲ ਜਿਹੜਾ ਉਹ ਦੇਖਦੇ ਨੇ ਮੈਨੂੰ ਲੱਗਦਾ ਅੱਜ ਦਾ ਪੋਡਕਾਸਟ ਮੇਰੇ ਲਈ ਵੀ ਬਹੁਤ ਖਾਸ ਹੋਣ ਵਾਲਾ ਹੈ ਜੀ ਬਿਲਕੁਲ ਤਰਨ ਜੀ ਸਭ ਤੋਂ ਪਹਿਲਾਂ ਤਾਂ ਮੇਰਾ ਸਵਾਲ ਇਹੀ ਹੈ ਕਿ ਜਿਹੜੇ ਰਿਕਾਰਡਸ ਤੁਸੀਂ ਆਪਣੇ ਨਾਮ ਕੀਤੇ ਨੇ ਹੈਨਾ ਉਹਨਾਂ ਰਿਕਾਰਡਸ ਬਾਰੇ ਪਹਿਲਾਂ ਦਰਸ਼ਕਾਂ ਨੂੰ ਦੱਸ ਦਈਏ ਵੀ ਕਿਹੜੇ ਕਿਹੜੇ ਰਿਕਾਰਡਸ ਨੇ ਜੀ ਪਹਿਲਾ ਤਾਂ ਮੈਂ ਹਿੱਸਾ ਰਿਆਂ ਲਿਮਕਾ ਬੁੱਕ ਆਫ ਵਰਲਡ ਰਿਕਾਰਡ ਦਾ ਜੀ ਲੁਧਿਆਣਾ ਵਿਖੇ ਹੋਇਆ ਸੀਗਾ ਸਾਲ 2008 ਜਾਂ 9 ਦੇ ਵਿੱਚ ਹੂੰ ਉਸ ਤੋਂ ਬਾਅਦ ਮੈਂ ਗਿਨੈਸ ਬੁੱਕ ਆਫ ਵਰਲਡ ਰਿਕਾਰਡ ਦਾ ਹਿੱਸਾ ਰਿਆਂ ਐਲਪੀਓ ਦੇ ਵਿਖੇ ਹੋਇਆ ਸੀਗਾ ਗੁਰਚਰਨ ਮਾਲ ਜੀ ਵੱਲੋਂ ਕਰਵਾਇਆ ਗਿਆ ਸੀ ਤੀਸਰਾ ਸਾਡਾ ਪਰਸਨਲ ਸਾਡੇ ਸੱਭਿਆਚਾਰਕ ਕਲਾ ਮੰਚੋਂ ਤਰੁਣੀ ਇਵੈਂਟਸ ਵੱਲੋਂ ਹੋਇਆ ਸੀ ਕੋਵਿਡ ਦੇ ਦੌਰਾਨ ਜੀ ਉਹ ਸੀ ਵਰਲਡ ਬੁੱਕ ਆਫ ਰਿਕਾਰਡ ਵਿੱਚੋਂ ਜਿਹੜਾ ਸਾਡਾ ਇੰਡੀਵਿਜੂਅਲ ਸਾਡੇ ਨਾਮ ਦੇ ਉੱਤੇ ਹੈ ਉਹਦੇ ਵਿੱਚ ਅਸੀਂ ਇੱਕ ਟਾਈਮ ਤੇ ਆਨਲਾਈਨ ਇੱਕੋ ਇੱਕ ਬੀਟ ਦੇ ਉੱਤੇ ਜਿਹੜੇ ਫੋਕ ਸਟੈਪਸ ਫੋਕ ਬੀਟ ਅੱਤੇ ਜਿਹੜੇ ਪਰਫਾਰਮ ਕਰਵਾਏ ਸੀ ਅੱਛਾ ਇਹ ਤਿੰਨੋਂ ਰਿਕਾਰਡਸ ਤੁਸੀਂ ਆਪਣੇ ਨਾਮ ਕੀਤੇ ਨੇ ਜੋ ਤੁਹਾਡੀ ਟੀਮ ਹੈ ਉਹਦਾ ਵੀ ਬਹੁਤ ਵੱਡਾ ਹਿੱਸਾ ਨੇ ਇਹਦੇ ਵਿੱਚ ਹੈ ਨਾ ਸੋਚਿਆ ਕਿਵੇਂ ਸੀਗਾ ਕਿ ਇੱਥੇ ਤੱਕ ਪਹੁੰਚਣਾ ਕਿਉਂਕਿ ਜਦੋਂ ਤੁਸੀਂ ਸ਼ੁਰੂਆਤ ਕੀਤੀ ਹੋਏਗੀ ਤੁਹਾਡੇ ਪਰਿਵਾਰ ਨੇ ਵੀ ਤੁਹਾਨੂੰ ਕਿਤੇ ਨਾ ਕਿਤੇ ਰੋਕਿਆ ਹੋਵੇਗਾ ਕਿ ਭੰਗੜਾ ਨਹੀਂ ਕਰਨਾ ਕਿਉਂਕਿ ਇਹਨੂੰ ਭੰਗੜਾ ਤੇ ਬਹੁਤ ਵੱਡੀ ਅਹਿਮੀਅਤ ਹੈ ਜ਼ਿੰਦਗੀ ਦੀ ਕਿਉਂਕਿ ਸੱਭਿਆਚਾਰ ਹੈ ਨਾ ਆਪਣਾ ਪਰ ਇਹਨੂੰ ਕੰਜਰਖਾਨਾ ਕਿਹਾ ਜਾਂਦਾ ਵੀ ਇਹ ਕੰਜਰਾਂ ਵਾਲੇ ਕੰਮ ਨੇ ਦੇਖੋ ਹੁੰਦਾ ਕੀ ਹੈ ਜਦੋਂ ਅਸੀਂ ਵੀ ਨੱਚਣਾ ਸ਼ੁਰੂ ਕੀਤਾ ਮੈਂ 4 ਸਾਲ ਦੀ ਉਮਰ ਤੋਂ ਸਟੇਜ ਹੰਡਾਉਣੀ ਸ਼ੁਰੂ ਕੀਤੀ ਸੀ ਮੈਂ ਪਹਿਲਾਂ ਲੋਕ ਗੀਤ ਗਾਉਂਦਾ ਹੁੰਦਾ ਸੀ ਛੋਟਾ ਹੁੰਦਾ ਮੇਰੇ ਪੇਰੈਂਟਸ ਨੇ ਕਦੀ ਮੈਨੂੰ ਰੋਕਿਆ ਨਹੀਂ ਸਗੋਂ ਉਹਨਾਂ ਨੇ ਹੱਲਾ ਸ਼ੇਰੀ ਦਿੱਤੀ ਮੈਨੂੰ ਚੰਗੇ ਉਸਤਾਦਾਂ ਦੇ ਕੋਲ ਸਿੱਖਣ ਲਈ ਲਾਇਆ ਉਸ ਤੋਂ ਬਾਅਦ ਜਦੋਂ ਹੌਲੀ-ਹੌਲੀ ਲੋਕ ਨਾਚਾਵਲ ਪਿਆਰ ਸ਼ੁਰੂ ਹੋਇਆ ਕਿਉਂਕਿ ਲੋਕ ਗੀਤ ਗਾਉਂਦਾ ਹੁੰਦਾ ਸੀ ਕਲਾਸਿਕਲ ਸਿੱਖਿਆ ਉਸ ਤੋਂ ਬਾਅਦ ਫਿਰ ਲੋਕ ਨਾਚਾਵਲ ਜਦੋਂ ਆਏ ਤੇ ਬਹੁਤ ਸਾਰਾ ਮਤਲਬ ਮੈਂ ਦੱਸ ਨਹੀਂ ਸਕਦਾ ਕਿ ਬਹੁਤ ਸਾਰੇ ਲੋਕਾਂ ਨੇ ਰੁਕਣਾ ਚਾਇਆ ਜਿੱਦਾਂ ਤੁਸੀਂ ਕਿਹਾ ਕਿ ਕੰਜਰਖਾਨਾ ਕਹਿੰਦੇ ਸੀ ਪਰ ਮੇਰੇ ਪੇਰੈਂਟਸ ਨੇ ਬਹੁਤ ਸਾਥ ਦਿੱਤਾ ਉਹਨਾਂ ਨੇ ਕਿਹਾ ਕਿ ਅਸੀਂ ਚੰਗੀ ਚੀਜ਼ ਦੇ ਨਾਲ ਬੱਚੇ ਨੂੰ ਜੋੜ ਰਹੇ ਹਾਂ ਨਸ਼ਿਆਂ ਨਾਲ ਨਹੀਂ ਜੋੜ ਰਹੇ ਇਸ ਕਰਕੇ ਉਹਨਾਂ ਦੀ ਹੱਲਾਸ਼ੇਰੀ ਨਾਲ ਮੈਨੂੰ ਹੱਲਾਸ਼ੇਰੀ ਮਿਲਦੀ ਗਈ ਇੱਕ ਟੀਮ ਬਣਦੀ ਗਈ ਇੱਕ ਯਾਰਾ ਦੋਸਤਾਂ ਦਾ ਸਾਥ ਮਿਲਦਾ ਗਿਆ ਔਰ ਚੰਗੇ ਯਾਰਾ ਦੋਸਤਾਂ ਦਾ ਜਿਹੜੇ ਮੇਰੇ ਵਰਗੀ ਸੋਚ ਰੱਖਦੇ ਸੀ ਉਹਨਾਂ ਦੇ ਨਾਲ ਮਿਲ ਕੇ ਸਕੂਲ ਟਾਈਮ ਤੋਂ ਸ਼ੁਰੂ ਕੀਤਾ ਇਹ ਕਾਲੇ ਟਾਈਮ ਤੱਕ ਹੰਡਾਇਆ ਹੋਰ ਅਜ ਤੱਕ ਮੈਨੂੰ ਲੱਗਦਾ ਕਿ ਮੇਰੀ ਜ਼ਿੰਦਗੀ ਬਣ ਚੁੱਕੇ ਨੇ ਲੋਕਨਾਚ ਲੋਕਗੀਤ ਹਮ ਅੱਛਾ 4 ਸਾਲ ਦੀ ਉਮਰ ਦੇ ਵਿੱਚ ਬੱਚੇ ਨੂੰ ਆਪਣਾ ਆਪਣੀ ਪਤਾ ਹੁੰਦਾ ਵੀ ਅਸੀਂ ਕੀ ਆਇਆ ਉਹ ਬਚਪਨਾ ਮਤਲਬ ਲਿਟਰਲੀ ਉਹ ਬੱਚਾ ਬੱਚਾ 4 ਸਾਲ ਦੀ ਉਮਰ ਦੇ ਵਿੱਚ ਕੁਝ ਵੀ ਨਹੀਂ ਸਮਝ ਹੁੰਦੀ ਹੈ ਨਾ ਉਹ ਪੈਰੈਂਟਸ ਹੀ ਦੱਸਦੇ ਨੇ ਪੈਰੈਂਟਸ ਹੀ ਗਾਈਡ ਕਰਦੇ ਨੇ ਪਰ ਉਸ ਸਮੇਂ ਤੋਂ ਤੁਸੀਂ ਭੰਗੜਾ ਸ਼ੁਰੂ ਕੀਤਾ ਤੇ ਹੁਣ ਤੱਕ ਤੁਹਾਡੀ ਜ਼ਿੰਦਗੀ ਦਾ ਉਹ ਹਿੱਸਾ ਹੈ ਮੈਂ ਤੁਹਾਨੂੰ ਦੱਸਦਾ ਮੈਂ ਪਹਿਲਾਂ ਜਦੋਂ ਗਾਉਂਦਾ ਹੁੰਦਾ ਸੀ 4 ਸਾਲ ਦੀ ਉਮਰ ਦੇ ਵਿੱਚ ਸਾਡੇ ਕਿਸੇ ਰਿਸ਼ਤੇਦਾਰੀ ਦੇ ਵਿੱਚ ਮੁਹੰਮਦ ਸਦੀਕ ਜੀ ਗਾਣ ਆਏ ਸੀ ਉਹਨਾਂ ਦਾ ਅਖਾੜਾ ਲੱਗਾ ਸੀ ਤੇ ਮੈਂ ਗਾਣਾ ਸੀ ਰਣਜੀਤ ਮਣੀ ਜੀ ਦਾ ਮੇਰੇ ਰਾਂਝੇ ਦਾ ਪ੍ਰਿੰਸੀਪਲ ਜੀ ਸਾਡਾ ਕੱਟੇ ਉਹਨਾਂ ਕਾਲਜ ਚ ਨਾ ਮੈਂ ਉਹ ਗਾਇਆ ਤੇ ਮੁਹੰਮਦ ਸਦੀਕ ਜੀ ਨੇ ਮੈਨੂੰ ਬੋਡੇ ਉੱਤੇ ਚੱਕ ਲਿਆ ਤੇ ਮੈਨੂੰ ਉਸ ਵੇਲੇ ਸੁਰਤ ਨਹੀਂ ਸੀ ਮੈਂ ਗਾਉਂਦਾ ਗਿਆ ਉੱਧੇ ਹੀ ਬੋਡੇ ਦੇ ਉੱਤੇ ਬੈਠਾ ਤੇ ਜਾਂਦੇ ਜਾਂਦੇ ਮੇਰੇ ਪੇਰੈਂਟਸ ਨੂੰ ਕਹਿ ਗਏ ਸੀ ਕਹਿੰਦੇ ਬੱਚਾ ਮੈਨੂੰ ਦੇ ਦਿਓ ਤੇ ਅਸੀਂ ਇਹਨੂੰ ਸਿਖਾਉਣਾ ਚਾਹੁੰਦੇ ਆ ਪਰ ਚਲੋ ਇੰਨਾ ਛੋਟਾ ਬੱਚਾ ਦੇਣਾ ਮੁਸ਼ਕਲ ਹੁੰਦਾ ਪਰ ਉਹ ਚੀਜ਼ ਨੇ ਮੇਰੇ ਪੇਰੈਂਟਸ ਨੂੰ ਵੀ ਬੂਸਟ ਕੀਤਾ ਮੈਨੂੰ ਵੀ ਬੂਸਟ ਕੀਤਾ ਤੇ ਉਸ ਤੋਂ ਬਾਅਦ ਮੈਨੂੰ ਲੱਗਦਾ ਕਿ ਕੋਈ ਲੜੀ ਟੁੱਟੀ ਨਹੀਂ ਕਦੇ ਵੀ ਦੂਰਦਰਸ਼ਨ ਦੇ ਪ੍ਰੋਗਰਾਮ ਚ ਿਲ ਮਿਲਦਾ ਰਿਹਾ ਮੈਂ ਬਹੁਤ ਸਾਰੇ ਪ੍ਰੋਗਰਾਮ ਹੰਡਾਏ 올 ਇੰਡੀਆ ਰੇਡੀਓ ਦੇ ਵਿੱਚ ਬਹੁਤ ਸਾਲ ਲਗਾਇਆ ਉਸ ਤੋਂ ਬਾਅਦ ਫਿਰ ਜਦੋਂ ਲੋਕ ਨਾਚਾਂ ਨਾਲ ਜੁੜੇ ਫਿਰ ਇੱਕ ਨੱਚਣ ਦਾ ਅਲੱਗ ਹੀ ਮਜ਼ਾ ਸੀ ਹੂੰ ਲੋਕ ਨਾਚਾਂ ਦੇ ਨਾਲ ਜੁੜ ਕੇ ਕਿਉਂਕਿ ਲੋਕ ਗੀਤਾਂ ਨਾਲ ਜੁੜੇ ਹੋਏ ਸੀ ਸੱਭਿਆਚਾਰ ਨਾਲ ਜੁੜੇ ਹੋਏ ਸੀ ਬਿਲਕੁਲ ਨੱਚਣ ਦਾ ਇਨਕ ਸਰੂਰ ਆਉਂਦਾ ਸੀ ਕਿ ਮਤਲਬ ਪਸੀਨੇ ਨਾਲ ਵੀ ਭਰ ਜਾਂਦੇ ਸੀ ਪਰ ਦਿਲ ਨਹੀਂ ਸੀ ਭਰਦਾ ਹੂੰ ਤੇ ਉਹ ਚੀਜ਼ ਅੱਜ ਵੀ ਉਦਾਂ ਹੀ ਹੈ ਬਿਲਕੁਲ ਅੱਜ ਵੀ ਲੱਗਦਾ ਕਿ ਜੇ ਕਿਤੇ ਨੱਚਣ ਲੱਗੀਏ ਤਾਂ ਕਈ ਯੂਥ ਸਾਡੇ ਨਾਲ ਕਈ ਵਾਰ ਜਦੋਂ ਨੱਚਦਾ ਚਲੋ ਉਹਨਾਂ ਦੇ ਵਿੱਚ ਜ਼ੋਰ ਜ਼ਿਆਦਾ ਹੁੰਦਾ ਬਿਲਕੁਲ ਪਰ ਸਾਡਾ ਦਿਲ ਨਹੀਂ ਭਰਦਾ ਅਸੀਂ ਕਹਿੰਦੇ ਨੱਚੀ ਜਾਈਏ ਜਦ ਤੱਕ ਡਿਗ ਨਹੀਂ ਜਾਂਦੇ ਬਿਲਕੁਲ ਇਹੀ ਜਨੂਨ ਜਿਹੜਾ ਸਾਨੂੰ ਇੱਥੇ ਤੱਕ ਖਿੱਚ ਕੇ ਲਾਇਆ ਸਕੂਲ ਟਾਈਮ ਤੋਂ ਬਾਅਦ ਕਾਲਜ ਟਾਈਮ ਦੀ ਜ਼ਿੰਦਗੀ ਦੇ ਵਿੱਚ ਯੂਨੀਵਰਸਿਟੀ ਸਟੇਜਾਂ ਹੰਡਾਈਆਂ ਬਿਲਕੁਲ ਲਾਸਟ ਜਦੋਂ ਮੈਂ ਯੂਨੀਵਰਸਿਟੀ ਸਟੇਜ ਛੱਡੀ ਹੈ ਤਾਂ ਬਤੌਰ ਕੈਪਟਨ ਜਨਤਾ ਕਾਲਜ ਕਰਤਾਰਪੁਰ ਤੋਂ ਛੱਡੀ ਹੈ ਤੇ ਉਸ ਤੋਂ ਬਾਅਦ ਮੈਨੂੰ ਲੱਗਦਾ ਉਹ ਲੜੀ ਨਹੀਂ ਕਦੇ ਵੀ ਟੁੱਟੀ ਸਟੇਜਾਂ ਨੂੰ ਹੰਡਾਉਣਾ ਸਟੇਜਾਂ ਦੇ ਉੱਤੇ ਬੱਚਿਆਂ ਨੂੰ ਸਿਖਾਉਣਾ ਹੂੰ ਤੇ ਖੁਦ ਵੀ ਸਿੱਖਦੇ ਰਹਿਣਾ ਨਵੇਂ ਬੱਚੇ ਤੋਂ ਵੀ ਅਸੀਂ ਕਈ ਵਾਰੀ ਸਿੱਖ ਲਈਦਾ ਤੇ ਉਹ ਚੀਜ਼ ਮੈਨੂੰ ਲੱਗਦਾ ਕਿ ਅੱਜ ਦੇ ਯੂਥ ਦੇ ਵਿੱਚ ਥੋੜੀ ਘੱਟ ਲੱਗਦੀ ਹੈ ਸਾਨੂੰ ਥੋੜਾ ਜਿਆਦਾ ਖਦਸ਼ਾ ਹੁੰਦਾ ਜਦੋਂ ਕੋਈ 2-3 ਸਾਲ ਯੂਨੀਵਰਸਿਟੀ ਨਚਦਾ ਤੇ ਉਹ ਕਹਿੰਦਾ ਕਿ ਮੈਂ ਬਹੁਤ ਤਗੜਾ ਕੋਚ ਬਣ ਗਿਆ ਤੇ ਸੀਨੀਅਰ ਬੰਦੇ ਦੀ ਕਦਰ ਨਹੀਂ ਅਸੀਂ ਅੱਜ ਵੀ ਕੋਈ ਸੀਨੀਅਰ ਮਿਲਦਾ ਤਾਂ ਉਹਨੂੰ ਪੈਰੀ ਹੱਥ ਲਾ ਕੇ ਮਿਲਦੇ ਹਾਂ ਪਰ ਮੈਨੂੰ ਲੱਗਦਾ ਇਹ ਕਦਰ ਅੱਜਕੱਲ ਥੋੜੀ ਘਟ ਗਈ ਹੈ ਗੁਰੂ ਦੀ ਇੱਜ਼ਤ ਘਟ ਗਈ ਹੈ ਗੁਰੂ ਬਿਨਾਂ ਗਤ ਨਹੀਂ ਹੈ ਪਰ ਅੱਜ ਕੱਲ ਇੱਜ਼ਤ ਹੀ ਨਹੀਂ ਹੈਗੀ ਗੁਰੂ ਦੀ ਮੈਂ ਉਹੀ ਤੁਹਾਨੂੰ ਦੱਸਿਆ ਕਿ ਅੱਜ ਕੱਲ ਯੂਥ ਠੀਕ ਹੈ ਹਰ ਸਮੇਂ ਦੇ ਹਿਸਾਬ ਨਾਲ ਕੁਝ ਨਾ ਕੁਝ ਬਦਲ ਜਾਂਦਾ ਪਰ ਮੈਨੂੰ ਲੱਗਦਾ ਇਹ ਚੀਜ਼ਾਂ ਨਹੀਂ ਬਦਲਣੀਆਂ ਚਾਹੀਦੀਆਂ ਇਹ ਤਾਂ ਸਾਡਾ ਸੱਭਿਆਚਾਰ ਹੈ ਨਾ ਜੀ ਜੇ ਅੱਜ ਅਸੀਂ ਆਪਣੇ ਸੱਭਿਆਚਾਰ ਨੂੰ ਛੱਡ ਕੇ ਆਪਣੇ ਮਾਪਿਓ ਨੂੰ ਬੇਬੇ ਬਾਪੂ ਨੂੰ ਮਮ ਕਹਿਣਾ ਸ਼ੁਰੂ ਕਰ ਦਿੱਤਾ ਬਿਲਕੁਲ ਠੀਕ ਹੈ ਡੈਡ ਕਹਿਣਾ ਸ਼ੁਰੂ ਕਰ ਦਿੱਤਾ ਪਰ ਇੱਜ਼ਤ ਤਾਂ ਹੈ ਨਾ ਬਿਲਕੁਲ ਔਰ ਜੇ ਗੁਰੂ ਨੂੰ ਤੁਸੀਂ ਉਹਨੂੰ ਪੈਰੀ ਹੱਥ ਲਾਉਣ ਦੀ ਜਗ੍ਹਾ ਤੁਸੀਂ ਉਹਦੇ ਲੱਕ ਨੂੰ ਹੱਥ ਲਾ ਕੇ ਕਹਿੰਦੇ ਹੋ ਕਿ ਓ ਸਾਧ ਕਿਦਾਂ? ਹਮਮ। ਉਸਤਾਦ ਜੀ ਵੀ ਨਹੀਂ ਕਹਿੰਦੇ। ਬਿਲਕੁਲ। ਉਸਤਾਦ ਗੱਦਾ। ਔਰ ਸਾਡੇ ਚ ਕਦੀ ਅਜੇ ਤੱਕ ਹਿੰਮਤ ਨਹੀਂ ਪਈ ਇਦਾਂ ਦੀ। ਹਮਮ। ਮੈਂ ਸਕੂਲ ਟਾਈਮ ਦੇ ਵਿੱਚ ਉਸਤਾਦ ਵਿਜੇ ਕੁਮਾਰ ਬਾਬਾ ਜੀ ਕੋ ਸਿੱਖਦਾ ਰਿਹਾ ਉਹਨਾਂ ਦੇ ਨਾਲ ਨੱਚਦੇ ਰਹਿਆ। ਤੇ ਮੈਨੂੰ ਲੱਗਦਾ ਕਿ ਥੋੜੇ ਸਾਲ ਪਹਿਲਾਂ ਉਹਨਾਂ ਦਾ ਦਿਹਾਂਤ ਹੋ ਗਿਆ ਉਦੋਂ ਤੱਕ ਜੁੜੇ ਰਹੇ ਹਾਂ ਉਹਨਾਂ ਦੇ ਨਾਲ। ਹੁਣ ਵੀ ਉਹਨਾਂ ਦੇ ਪਰਿਵਾਰ ਨਾਲ ਜੁੜੇ ਹਾਂ। ਪਰ ਮੈਨੂੰ ਲੱਗਦਾ ਕਿ ਲਾਸਟ ਟਾਈਮ ਤੱਕ ਵੀ ਅਸੀਂ ਕਦੇ ਉਹਨਾਂ ਨੂੰ ਉਸਤਾਦ ਕਹਿ ਕੇ ਨਹੀਂ ਉਸਤਾਦ ਜੀ ਤੋਂ ਥੱਲੇ ਮੈਨੂੰ ਲੱਗਦਾ ਗੱਲ ਕਰਨੀ ਸਾਡੇ ਲਈ ਜਨਰੇਸ਼ਨ ਦਾ ਗੈਪ ਵੀ ਬੜਾ ਆ ਗਿਆ ਨਾ ਉਹਦਾ ਉਹਦਾ ਬਹੁਤ ਫਰਕ ਪੈਂਦਾ ਜਨਰੇਸ਼ਨ ਨੂੰ ਦੱਸਣਾ ਵੀ ਤਾਂ ਜਿਹੜਾ ਨੇ ਇਹਨਾ ਚੀਜ਼ਾਂ ਨੂੰ ਹੰਡਾਇਆ ਹੋਣਾ ਨਹੀਂ ਹੈ ਨਾ ਬਿਲਕੁਲ ਪਰ ਜੇ ਦੱਸਣ ਵਾਲੇ ਅੱਜ ਕੱਲ ਯੂਟਿਊਬਰਸ ਉਹਦਾ ਦੇ ਨੇ ਜਿਹੜੇ ਖੁਦ YouTube ਤੋਂ ਸਿੱਖੇ ਆ ਬਿਲਕੁਲ ਫਿਰ ਤਾਂ ਮੈਨੂੰ ਲੱਗਦਾ ਮੈਂ ਬਹੁਤ ਸਾਰੇ ਨਾਮ ਨੇ ਇਦਾਂ ਤੇ ਮੈਂ ਲੈਣਾ ਨਹੀਂ ਚਾਹੁੰਦਾ ਪਰ ਕੀ ਕਹੀਏ ਹੁਣ ਜਿਹੜੇ ਯੂਟਿਊਬਰਸ ਦੇ ਉੱਤੇ ਜਿਹਨਾਂ ਨੂੰ ਵਿਊ ਮਿਲ ਜਾਂਦੇ ਆ ਉਹ ਵਿਊ ਵਾਲੇ ਆਪਣੇ ਆਪ ਨੂੰ ਪੁਰਾਣੇ ਕੋਚਾ ਨਾਲੋਂ ਜ਼ਿਆਦਾ ਤਗੜਾ ਕੋਚ ਸਮਝਦੇ ਆ ਬਿਲਕੁਲ ਔਰ ਮੈਨੂੰ ਬੜੀ ਇਸ ਗੱਲ ਦੀ ਮਨ ਦੇ ਵਿੱਚ ਆਂਦੀ ਹੈ ਕਈ ਵਾਰੀ ਕਿ ਯਾਰ ਕੁਝ ਚੈਨਲਸ ਵਾਲੇ ਸਿਰਫ ਆਪਣੇ ਵਿਊਜ਼ ਲਈ ਉਹਨਾਂ ਨੂੰ ਵੀ ਚੱਕੀ ਜਾ ਰਹੇ ਅੱਛਾ ਮੈਂ ਕਿਤੇ ਨਾ ਕਿਤੇ ਸਮਝ ਰਹੀ ਹਾਂ ਤੁਸੀਂ ਕਿ ਕਿਸ ਟਾਪਿਕ ਦੀ ਗੱਲ ਕਰ ਰਹੇ ਹੋ ਇਸ ਟਾਪਿਕ ਤੇ ਵੀ ਆਵਾਂਗੇ ਪਰ ਤੁਸੀਂ ਗੱਲ ਇੱਕ ਬਹੁਤ ਚੰਗੀ ਕੀਤੀ ਕਿ ਯੂਨੀਵਰਸਿਟੀਆਂ ਦੀ ਸਟੇਜਾਂ ਜਿਹੜੀਆਂ ਹੰਡਾਈਆਂ ਨੇ ਤੁਸੀਂ ਹੈਨਾ ਬਤੌਰ ਕੈਪਟਨ ਇੱਕ ਬਹੁਤ ਭਾਰ ਹੁੰਦਾ ਮੋਢਿਆਂ ਤੇ ਹੈਨਾ ਬਤੌਰ ਕੈਪਟਨ ਕਿਵੇਂ ਦਾ ਮਾਹੌਲ ਸੀ گا ਉਸ ਵੇਲੇ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਸਿਖਾਇਆ ਉਹ ਉਹ ਸਭ ਚੀਜ਼ਾਂ ਅ ਵੈਸੇ ਤਾਂ ਜਦੋਂ ਅਸੀਂ ਟੀਮ ਦੇ ਵਿੱਚ ਨੱਚਦੇ ਹਾਂ ਅੱਠ ਦੇ ਅੱਠ ਬੰਦੇ ਇੱਕੋ ਜਿਹੇ ਹੁੰਦੇ ਆ ਨਾਲ ਜਿਹੜੇ ਸਪੇਅਰ ਚਾਰ ਨੱਚਦੇ ਉਹ ਵੀ ਅਸੀਂ ਇੱਕੋ ਜਿਹੇ ਸਮਝਦੇ ਆ ਚਲੋ ਕਿਤੇ ਫਰਕ ਕੋਈ ਸਮਝਦਾ ਹੋਵੇ ਤਾਂ ਮੈਂ ਕਹਿ ਨਹੀਂ ਸਕਦਾ ਪਰ ਅਸੀਂ ਜਿੰਨੀ ਦੇਰ ਵੀ ਨੱਚੇ ਹਾਂ ਸਾਡੇ ਭੈਣ ਭਰਾ ਸਾਰੇ ਇੱਕੋ ਜਿਹੇ ਸੀ ਇੱਕ ਕੈਪਟਨ ਇੱਕ ਲੇਬਲ ਲੱਗ ਜਾਂਦਾ ਬਸ ਹੁਣ ਮੈਂ 9 ਸਾਲ ਯੂਨੀਵਰਸਿਟੀ ਸਟੇਜ ਹੰਡਾਈ ਹੈ 8 ਸਾਲ ਤਮ ਮੈਂ ਟੀਮ ਮੈਂਬਰ ਬਣ ਕੇ ਹੰਡਾਈ ਹੈ ਨਾ ਲਾਸਟ ਵਾਲਾ ਸਾਲ ਮੈਂ ਬਤੌਰ ਕੈਪਟਨ ਰਹਾ ਪਰ ਮੈਨੂੰ ਨਹੀਂ ਲੱਗਦਾ ਉਹਨਾਂ 8 ਸਾਲਾਂ ਦੇ ਵਿੱਚ ਜਾਂ ਆਖਰੀ ਸਾਲ ਦੇ ਵਿੱਚ ਮੈਨੂੰ ਕੋਈ ਫਰਕ ਲੱਗਿਆ ਹਾਂ ਠੀਕ ਹੈ ਤੁਹਾਡੀ ਗੱਲ ਠੀਕ ਹੈ ਇੱਕ ਕੈਪਟਨ ਦੇ ਮੋਢਿਆਂ ਉੱਤੇ ਭਾਰ ਵੱਜ ਜਾਂਦਾ ਜਦੋਂ ਟੀਮ ਸਟੈਂਡ ਕਰਨੀ ਹੁੰਦੀ ਹੈ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਸਿਰਫ ਪ੍ਰੈਕਟਿਸ ਕਰਕੇ ਸਟੇਜ ਦੇ ਉੱਤੇ ਚੜ ਜਾਣਾ ਨਹੀਂ ਹੁੰਦਾ ਉਹਦੇ ਵਿੱਚ ਅਸੀਂ ਡਰੈਸ ਅਪ ਵੀ ਮੇਨਟੇਨ ਕਰਨੀ ਆ ਉਹਦੇ ਵਿੱਚ ਅ ਡਰਮਸ ਨੂੰ ਵੀ ਮੇਨਟੇਨ ਕਰਨਾ ਹੈ ਉਹਦੇ ਵਿੱਚ ਬੋਲੀਆਂ ਮੇਨਟੇਨ ਕਰਨੀਆਂ ਹਰ ਚੀਜ਼ ਇੱਕ ਕੈਪਟਨ ਦੀ ਸਲਾਹ ਦੇ ਨਾਲ ਜਾਂ ਕੋਈ ਟੀਮ ਮੈਂਬਰਸ ਦੀ ਸਲਾਹ ਦੇ ਨਾਲ ਹੁੰਦਾ ਫਿਰ ਕੈਪਟਨ ਦਾ ਭਾਰ ਸਿਰਫ ਉੱਥੇ ਵੱਜ ਜਾਂਦਾ ਪਰ ਜਦੋਂ ਸਟੇਜ ਦੇ ਉੱਤੇ ਨੱਚਦੇ ਆ ਚਾਹੇ ਉੱਥੇ ਕੈਪਟਨਾ ਤੇ ਚਾਹੇ 4 ਨੰਬਰ ਜੋੜੀ ਤੇ ਚਾਹੇ 3 ਨੰਬਰ ਜੋੜੀ ਆ ਭਾਰ ਤਾਂ ਸਾਰਿਆਂ ਦਾ ਇੱਕੋ ਜਿਹਾ ਹੀ ਆ ਚਾਹੇ 2 ਨੰਬਰ ਜੋੜੀ ਵਾਲਾ ਗਲਤੀ ਕਰ ਗਿਆ ਤੇ ਚਾਹੇ 1 ਨੰਬਰ ਜੋੜੀ ਗਲਤੀ ਕਰ ਗਈ ਉਹ ਜੋੜੀਆਂ ਵੀ ਫਿਰ ਉਦੋਂ ਪਤਾ ਚੱਲਦੀ ਆ ਜਦੋਂ ਪੱਟਾ ਦਾ ਜ਼ੋਰ ਪਤਾ ਚੱਲਦਾ ਸਟੇਜ ਤੇ ਫਿਰ ਇਹ ਤਾਂ ਦੇਖੋ ਚਾਹੇ ਕੋਈ ਇੱਕ ਤੇ ਨੱਚਦਾ ਤੇ ਚਾਹ ਮੈਦਾਨ ਦੇ ਵਿੱਚ ਇੱਕੋ ਜਿਹੇ ਹੁੰਦੇ ਆ ਇਹ ਤਾਂ ਕਈ ਵਾਰ ਵੈਸਟ ਡਾਂਸਰ ਜਦੋਂ ਕੱਢਦੇ ਹੁੰਦੇ ਯੂਨੀਵਰਸਿਟੀ ਦੇ ਵਿੱਚ ਕਈ ਵਾਰ ਇੱਕ ਨੰਬਰ ਜੋੜੀਆਂ ਢਿੱਲੀਆਂ ਪੈ ਜਾਂਦੀਆਂ ਤੇ ਦੋ ਨੰਬਰ ਤਿੰਨ ਨੰਬਰ ਚਾਰ ਨੰਬਰ ਦੇ ਵਿੱਚੋਂ ਵੈਸਟ ਡਾਂਸਰ ਨਿਕਲ ਜਾਂਦੇ ਬਹੁਤ ਵਾਰ ਹੁੰਦਾ ਇਹ ਤਾਂ ਹੁਣ ਆਪਣੇ ਉੱਤੇ ਡਿਪੈਂਡ ਕਰਦਾ ਸੀ ਕਿੰਨਾ ਕੁ ਜ਼ੋਰ ਦਿਖਾਉਨੇ ਆ ਬਿਲਕੁਲ ਅੱਛਾ ਜ਼ਿਆਦਾ ਮੁੰਡਿਆਂ ਦੇ ਵਿੱਚ ਬੜੇ ਸ਼ੌਂਕੀ ਨੇ ਪੰਗੜੇ ਦੇ ਹੈਨਾ ਪਰ ਅੱਜ ਕੱਲ੍ਹ ਉਹ ਚੀਜ਼ ਜਿਵੇਂ ਜਿਵੇਂ ਸਮਾਂ ਬਦਲ ਰਿਹਾ ਉਹ ਚੀਜ਼ਾਂ ਵੀ ਬਦਲ ਗਈਆਂ ਨੇ ਹੈਨਾ ਪਰ ਪੰਗੜਾ ਗਿੱਧਾ ਜਾਂ ਕੋਈ ਵੀ ਸੱਭਿਆਚਾਰ ਦੇ ਨਾਲ ਚੀਜ਼ ਮਿਲਦੀ ਹੋਈ ਹੈਨਾ ਉਹ ਸਿਰਫ ਯੂਥ ਫੈਸਟੀਵਲਸ ਤੱਕ ਰਹਿ ਗਈ ਹੈ ਜੀ ਉਹ ਜੇਕਰ ਆਪਾਂ ਸੋਚੀ ਵੀ ਅਸੀਂ ਕਿਸੇ ਕਾਲਜ ਦੇ ਵਿੱਚ ਕੋਈ ਕੰਪੀਟੀਸ਼ਨ ਕਰਾਉਣਾ ਹੈ ਤੇ ਕੋਈ ਪੰਗੜਾ ਕਰਾ ਲਈਏ ਕਿੱਦਾਂ ਕਰਾ ਲਈਏ ਪਰ ਨਹੀਂ ਉਹ ਕਹਿੰਦੇ ਨੇ ਵੀ ਜਿਹੜੀ ਸਾਡੀ ਟੀਮ ਹੈ ਉਹ ਸਿਰਫ ਯੂਥ ਫੈਸਟੀਵਲ ਤੇ ਹੀ ਪਰਫਾਰਮ ਕਰੇਗੀ ਇਹ ਤੁਹਾਡੀ ਗੱਲ ਠੀਕ ਹੈ ਕਾਫੀ ਹੱਦ ਤੱਕ ਠੀਕ ਹੈ ਕਿਉਂਕਿ ਮੈਂ ਜਦੋਂ ਲਾਸਟ ਨੱਚ ਆਇਆ ਤੇ ਉਦੋਂ ਸਾਡੇ ਕੋਲ ਜ਼ੋਨ ਦੇ ਵਿੱਚ ਜਲੰਧਰ ਜ਼ੋਨ ਦੀ ਗੱਲ ਕਰਦਾ ਜ਼ਿਆਦਾ ਜ਼ਿਆਦਾ ਕਿਸੇ ਬਾਰੇ ਨਹੀਂ ਗੱਲ ਕਰਦਾ ਜਲੰਧਰ ਜ਼ੋਨ ਦੇ ਵਿੱਚ 16 ਟੀਮਾਂ ਸੀ ਭੰਗੜੇ ਦੀਆਂ ਹੀ ਗਿੱਧੇ ਦੀਆਂ ਵੀ ਹੋਣਗੀਆਂ ਐ ਨਹੀਂ ਜੀ ਤੇ ਅੱਜ ਜੇ ਆਪਾਂ ਜ਼ੋਨ ਦੀ ਗੱਲ ਕਰੀਏ ਤੇ ਅੱਜ 3 ਜਾਂ 4 ਟੀਮਾਂ ਹੂੰ ਭੰਗੜਾ ਕਿੱਥੋਂ ਕਿੱਥੋਂ ਸ਼ੁਰੂ ਹੋਇਆ ਸੀ ਜਿਹੜੇ ਸਾਡੇ ਤੋਂ ਸੀਨੀਅਰ ਨੱਚਦੇ ਰਹੇ ਨੇ ਜਦੋਂ ਉਦੋਂ ਮੇਲੇ ਵੀ ਹੁੰਦੇ ਰਹੇ ਓਪਨ ਮੇਲੇ ਵੀ ਹੁੰਦੇ ਰਹੇ ਅਸੀਂ ਖੁਦ ਦੇਖਣ ਜਾਂਦੇ ਸੀ ਸਵੇਰੇ 10 ਵਜੇ ਸ਼ੁਰੂ ਹੁੰਦਾ ਸੀ ਮੇਲਾ ਤੇ ਰਾਤ ਦੇ 11-11 ਵਜੇ ਤੱਕ ਟੀਮਾਂ ਨੱਚਦੀਆਂ ਰਹਿੰਦੀਆਂ ਸੀ ਇੰਨੀਆਂ ਟੀਮਾਂ ਹੁੰਦੀਆਂ ਸੀ ਤੇ ਅੱਜ 11 ਵਜੇ ਸ਼ੁਰੂ ਹੁੰਦਾ ਭੰਗੜਾ ਤੇ 2 ਵਜੇ ਤੱਕ ਰਿਜ਼ਲਟ ਆ ਜਾਂਦੇ ਆ ਇੰਨੀਆਂ ਟੀਮਾਂ ਉਹ ਕਿੱਥੇ ਜਾ ਕੇ ਅਸੀਂ ਗਲਤ ਹੋਏ ਕਿੱਥੇ ਜਾ ਕੇ ਉਹਨੂੰ ਢਾ ਲੱਗਣੀ ਸ਼ੁਰੂ ਹੋਈ ਏ ਮੈਨੂੰ ਲੱਗਦਾ ਠੀਕ ਆ ਕੁਝ ਚੀਜ਼ਾਂ ਦੇ ਚੰਗੇ ਨੁਕਤੇ ਹੁੰਦੇ ਫਾਇਦੇ ਹੁੰਦੇ ਕਈਆਂ ਦੇ ਉਸੇ ਚੀਜ਼ ਦੇ ਨੁਕਸਾਨ ਦੋ ਪਹਿਲੂ ਹੁੰਦੇ ਹਰ ਸਿੱਕੇ ਦੇ ਨਾ ਇੰਟਰਨੈਟ ਨੇ ਸਾਨੂੰ ਆਜ਼ਾਦੀ ਦੇ ਦਿੱਤੀ ਪਰ ਮੈਂ ਸੋਚਦਾ ਇੰਟਰਨੈਟ ਨੇ ਆਜ਼ਾਦੀ ਜਿਹੜੀ ਦਿੱਤੀ ਸੀ ਉਹਨੂੰ ਅਸੀਂ ਦੂਜੇ ਪਾਸੇ ਲੈ ਗਏ ਉਹਨੂੰ ਸਟੇਜਾਂ ਤੋਂ ਕੱਢ ਕੇ 30 30 ਸੈਕਿੰਡ ਦੀਆਂ ਰੀਲਾਂ ਤੱਕ ਅਸੀਂ ਸੀਮਤ ਰਹਿ ਗਏ ਜਦੋਂ 12 ਮਿੰਟ ਦਾ ਭੰਗੜਾ ਪੈਣਾ ਤੇ ਜਦੋਂ 30 ਸੈਕਿੰਡ ਦਾ ਇੱਕ ਰੀਲ ਬਣਨੀ ਆ ਉਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ 30 ਸਕੰਡ ਵਾਲਾ 12 ਮਿੰਟ ਨਹੀਂ ਨੱਚ ਸਕਦਾ 12 ਮਿੰਟ ਵਾਲਾ 30 ਸਕੰਡ ਨੱਚ ਸਕਦਾ ਬਿਲਕੁਲ ਤੇ ਜਨੇ 30 ਸਕੰਡ ਨੱਚਿਆ ਰੀਲਾਂ ਦੇ ਵਿੱਚ ਉਹ ਸਿਖਾ ਨਹੀਂ ਸਕਦਾ ਹੂੰ ਜਨੇ 12 12 ਮਿੰਟ ਆਪਣੀ ਜਾਨ ਮਾਰ ਕੇ ਤਿੰਨ ਤਿੰਨ ਮਹੀਨੇ ਪ੍ਰੈਕਟਿਸਾ ਕਰਕੇ ਤੇ ਆਪਣਾ ਉਸਤਾਦਾ ਦੇ ਕੋਲੋਂ ਸਿੱਖਿਆ ਉਹ ਬੰਦਾ ਮੈਂ ਸੋਚਦਾ ਕਿ ਸਿਖਾ ਸਕਦਾ ਬਿਲਕੁਲ ਅੱਜ ਇਹ ਚੀਜ਼ ਦੀ ਕਮੀ ਜ਼ਰੂਰ ਲੱਗਦੀ ਹੈ ਅੱਛਾ ਤੁਸੀਂ ਸੋਸ਼ਲ ਮੀਡੀਆ ਦੀ ਗੱਲ ਕੀਤੀ ਹੈ ਮੇਰੇ ਜ਼ਿਹਨ ਦੇ ਵਿੱਚ ਇੱਕ ਸਵਾਲ ਜਿਹੜਾ ਆਇਆ ਬੜੀਆਂ ਸਾਰੀਆਂ ਰੀਲਸ ਜਦੋਂ ਅਸੀਂ ਵੀ ਸਕਰੋਲ ਕਰਦੇ ਆ ਨਾ ਸੋਸ਼ਲ ਮੀਡੀਆ ਤੇ ਬੜੇ ਸਾਰੇ ਗਰੁੱਪ ਉਹੋ ਜਿਹੇ ਨੇ ਮੁੰਡਿਆਂ ਨੇ ਜਿੰਨਾ ਪਾਈਆਂ ਹੁੰਦੀਆਂ ਨੇ ਉਹ ਗਾਣੇ ਲਾ ਲੈਂਦੇ ਨੇ ਤੇ ਉੱਤੇ ਹੀ ਭੰਗੜਾ ਪਾਉਂਦੇ ਰਹਿੰਦੇ ਨੇ ਜੀ ਦੇਖੋ ਹੁੰਦਾ ਪਰ ਗੱਲ ਉੱਥੇ ਆ ਜਾਂਦੀ ਕਿ 30 ਸੈਕਿੰਡ ਦੇ ਰੀਲ ਦੇ ਵਿੱਚ ਹੁਣ ਕੀ ਕਰਨਗੇ ਉਹ ਉਹ ਤਾਂ ਫਿਰ ਜਿੱਦਾਂ ਦੀ ਲੋਕੇਸ਼ਨ ਉਹਨਾਂ ਨੂੰ ਬਹੁਤ ਸਾਰੇ ਲਾਈਕ ਬੜੇ ਕਮੈਂਟਸ ਆਉਂਦੇ ਨੇ ਸਾਡੀ ਸੋਚ ਉਦਾਂ ਦੀ ਹੋ ਗਈ ਨਾ ਹੁਣ ਅੱਜ ਕੱਲ ਹੁੰਦਾ ਕੀ ਆ ਅਸੀਂ ਆਪਣੀ ਗੱਲ ਕਰੀਏ ਸਾਡੇ ਪੇਰੈਂਟਸ ਸਾਨੂੰ ਏਦਾਂ ਦੇ ਕੋਚਾ ਕੋਲ ਕਦੀ ਨਹੀਂ ਭੇਜਿਆ ਉਹਨਾਂ ਨੇ ਅਸੀਂ ਚੰਗੇ ਉਸਤਾਦਾਂ ਕੋਲ ਸਿੱਖਿਆ ਚੰਗੇ ਉਸਤਾਦਾਂ ਕੋਲ ਡਾਂਗਾ ਖਾਦੀਆਂ ਨੇ ਮਾਰ ਖਾਦੀ ਐ ਏਦਾਂ ਦੇ ਕੋਚਾਂ ਨੇ ਫਿਰ ਸਿਖਾਉਣਾ ਵੀ ਤਾਂ ਉਹੀ ਕੁਛ ਹੈ ਨਾ ਜੀ ਤਾਂ ਹੀ ਸਾਡਾ ਸੱਭਿਆਚਾਰ ਜਿਹੜਾ ਉਹਨੂੰ ਢਾਹ ਲੱਗਣੀ ਸ਼ੁਰੂ ਹੋਈ ਸਾਡਾ ਸੱਭਿਆਚਾਰ ਸਭ ਤੋਂ ਅਮੀਰ ਵਿਰਸਾ ਹੂੰ ਸਭ ਤੋਂ ਅਮੀਰ ਵਿਰਸਾ ਉਹ ਇਸ ਕਰਕੇ ਆ ਕਿਉਂਕਿ ਅਸੀਂ ਕਿਸੇ ਬਹੁਤ ਵੱਡੀ ਪੋਸਟ ਤੇ ਬੈਠੇ ਬੰਦੇ ਨੂੰ ਵੀ ਸਟੇਜ ਦੇ ਉੱਤੇ ਅੱਖ ਨਾਲ ਇੱਕ ਅੱਖ ਨਾਲ ਦੇਖ ਸਕਦੇ ਆ ਜੀ ਉਹਨੂੰ ਇਸ਼ਾਰਾ ਮਾਰ ਸਕਦੇ ਆ ਸਾਡਾ ਮੀਰ ਵਿਰਸਾ ਸਾਨੂੰ ਕੋਈ ਰੋਕ ਟੋਕ ਨਹੀਂ ਸਕਦਾ ਸਾਡੇ ਵਿਰਸੇ ਦੀ ਗੱਲ ਜਿਹੜੀ ਜਦੋਂ ਸੱਥਾਂ ਦੇ ਵਿੱਚ ਬੈੰਦੇ ਹੁੰਦੇ ਸੀ ਤੇ ਜਦੋਂ ਸਾਡੇ ਬਜ਼ੁਰਗਾ ਤੋਂ ਅਸੀਂ ਸੁਣੀ ਸੁਖਰੀਆਂ ਤੇ ਉਸਤਾਦਾਂ ਤੋਂ ਸਿੱਖੀਆਂ ਸੱਥਾਂ ਦੇ ਵਿੱਚ ਬਹਿ ਕੇ ਜਦੋਂ ਗੱਲਾਂ ਹੁੰਦੀਆਂ ਸੀ ਉਦੋਂ ਇੱਕ ਘਰੇਲੂ ਗੱਲ ਜਾਂ ਇੱਕ ਆਮ ਲੋਕਾਂ ਦੀ ਗੱਲ ਜਿਹੜੀ ਸੀ ਉਹ ਬਣ ਕੇ ਆਉਂਦੀ ਸੀ ਬਿਲਕੁਲ ਅੱਜ ਕੱਲ ਰੀਲਾਂ ਦੇ ਵਿੱਚ ਉਹੀ ਬਣ ਕੇ ਆਉਣਾ ਜੋ ਫਿਰ ਗਾਣਿਆਂ 'ਚ ਚੱਲਦਾ ਗਾਣਿਆਂ 'ਚ ਚੱਲਦਾ ਕੀ ਆ ਚੱਕ ਲੋ ਮਾਰ ਲੋ ਸੁੱਟ ਦਿਓ ਗੋਲੀ ਮਾਰਤੀ ਪਿੱਤਲ ਪਰਤਾ ਆ ਗੋਸ਼ ਚੱਲਦਾ ਫਿਰ ਡਾਂਸ ਵੀ ਤਾਂ ਫਿਰ ਉੱਦਾਂ ਦਾ ਹੀ ਰਹਿ ਜਾਣਾ ਕੰਨ ਰਸ ਹੈ ਤਾਂ ਤਾਂ ਤੁਹਾਡਾ ਅੱਗੇ ਸਾਰਾ ਕੁਝ ਨਿਕਲਦਾ ਜੇ ਕੰਨ ਰਸ ਦੇ ਵਿੱਚ ਸਾਡੇ ਕੰਨਾਂ ਦੇ ਵਿੱਚ ਹੀ ਉਹੀ ਕੁਝ ਪੈਂਦਾ ਪਿੱਤਲ ਪਰ ਦੇਣਾ ਗੋਲੀਆਂ ਮਾਰ ਦੇਣੀਆਂ ਤਾਂ ਫਿਰ ਡਾਂਸ ਵੀ ਤਾਂ ਉੱਦਾਂ ਦੇ ਰਹਿ ਜਾਣਾ ਅੱਛਾ ਅੱਜ ਕੱਲ ਭਾਵੇਂ ਉਹ ਕਾਲਜਾਂ ਵਾਲੇ ਮੁੰਡੇ ਨੇ ਯੂਥ ਫੈਸਟੀਵਲ ਤੇ ਭੰਗੜਾ ਪਾਉਂਦੇ ਨੇ ਹਨਾ ਪਰ ਉਹਨਾਂ ਨੂੰ ਲੱਗਦਾ ਕਿ ਜੇਕਰ ਅਸੀਂ ਸਟੇਜ ਤੇ ਚੜਨਾ ਹੈ ਜੇਕਰ ਜੇਕਰ ਅਸੀਂ ਭੰਗੜਾ ਪਾਉਣਾ ਹੈ ਤੇ ਸਾਡੀ ਬਾਡੀ ਬਣੀ ਹੋਣੀ ਚਾਹੀਦੀ ਹੈ ਸਾਡੇ ਮਸਲ ਬਣੇ ਹੋਣੇ ਚਾਹੀਦੇ ਆ ਤਾਂ ਆਪਾਂ ਜਿਹਾ ਚਾਂਗੇ ਪਰ ਫਿਰ ਉਹ ਲਚਕ ਨਹੀਂ ਮਰਦੀ ਇਦਾਂ ਬਿਲਕੁਲ ਉਹਨਾਂ ਫਰਕ ਪੈਂਦਾ ਮੈਂ ਕਹਿੰਦਾ ਕਿ ਇੱਕ ਭਾਰਾ ਬੰਦਾ ਨੱਚ ਸਕਦਾ ਪਰ ਜਿਮ ਵਾਲਾ ਬੰਦਾ ਜਦੋਂ ਉਹਦੇ ਮੋਢੇ ਸਟਿਫ ਕਰ ਗਏ ਉਹਨਾਂ ਨੱਚਣ ਲੱਗਿਆ ਮੋਢੇ ਕਿਦਾਂ ਲਉਣੇ ਆ ਉਹ ਫੇ ਕਿਦਾਂ ਨੱਚੂਗਾ ਉਹ ਤਾਂ ਫਿਰ ਇੱਕ ਇੱਕ ਡੰਮੀ ਬਣ ਕੇ ਨੱਚੂਗਾ ਜੋ ਮਾੜਾ ਜਿਹਾ ਭੰਗੜੇ ਦਾ ਸਟੈਪ ਸਿੱਖ ਲੇ ਠੀਕ ਆ ਸਾਰੇ ਨੱਚ ਸਕਦੇ ਆ ਮੈਂ ਇਹ ਨਹੀਂ ਕਹਿ ਸਕਦਾ ਕਿ ਕਦੇ ਕੋਈ ਬੰਦਾ ਨਹੀਂ ਨਾ ਸਾਰਾ ਹਰ ਬੰਦਾ ਨੱਚ ਸਕਦਾ ਬਿਲਕੁਲ ਪਰ ਹਰ ਬੰਦੇ ਦੇ ਨੱਚਣ ਦਾ ਤਰੀਕਾ ਤਾਂ ਵੱਖਰਾ ਹੈ ਨਾ ਹੂੰ ਸਟੇਜ ਦੇ ਉੱਤੇ ਉਹਦੀ ਦਿੱਖ ਕਿੱਦਾਂ ਦੀ ਆ ਇਹਦਾ ਫਰਕ ਜ਼ਰੂਰ ਪੈਂਦਾ ਮੈਂ ਜਿੰਨੀ ਦੇਰ ਯੂਨੀਵਰਸਿਟੀ ਨੱਚਿਆ ਮੈਨੂੰ ਲੱਗਦਾ ਮੇਰਾ ਭਾਰ 60 ਕਿਲੋ ਤੋਂ ਨਹੀਂ ਵਧਿਆ ਹੋਣਾ ਕਦੇ ਅੱਛਾ ਅਸੀਂ ਪਤਲੇ ਸਲਿਮ ਹੁੰਦੇ ਸੀ ਸਲਿਮ ਟ੍ਰੇਮ ਰਹੇ ਆ ਜਦੋਂ ਤੋਂ ਥੋੜਾ ਘਟ ਗਏ ਤੇ ਥੋੜਾ ਸਰੀਰ ਭਾਰਾ ਹੋ ਗਿਆ ਹੂੰ ਪਰ ਮੈਂ ਬਹੁਤ ਸਾਰੇ ਪਹਾਰੇ ਮੁੰਡੇ ਨੇ ਜਿਹਨੇ ਨੱਚਦੇ ਦੇਖਿਆ ਉਹਨਾਂ ਵਿੱਚ ਬਹੁਤ ਵਧੀਆ-ਵਧੀਆ ਡਾਂਸਰਸ ਵੀ ਨਿਕਲੇ ਪਰ ਜੇ ਆਪਾਂ ਕਹੀਏ ਇੱਕ ਜਿਮ ਵਾਲੇ ਬੰਦੇ ਨੂੰ ਹਾਂ ਜਿਮ ਦੇ ਵਿੱਚ ਤੁਸੀਂ ਸਰੀਰ ਨੂੰ ਹਲਕਾ ਕਰਨ ਲਈ ਤੁਸੀਂ ਨੱਚ ਸਕਦੇ ਹੋ ਜਿਮ ਦੇ ਵਿੱਚ ਜਿਹੜਾ ਬੰਦਾ ਤੁਹਾਨੂੰ ਸਿਖਾਉਂਦਾ ਉਹ ਬਹੁਤ ਘੱਟ ਲੋਕ ਨੇ ਜਿਹੜੇ ਚੰਗਾ ਫੋਕ ਸਿਖਾਉਂਦੇ ਆ ਹੈਗੇ ਨੇ ਕੁਝ ਉਹ ਵੀ ਪਰ ਜ਼ਿਆਦਾਤਰ ਉਹ ਫਿਟਨੈਸ ਟ੍ਰੇਨਰ ਨੇ ਉਹ ਭੰਗੜਾ ਕੋਚ ਨਹੀਂ ਕਿਉਂਕਿ ਅਕਸਰ ਅਸੀਂ ਇਹ ਸੋਸ਼ਲ ਮੀਡੀਆ ਤੇ ਸਾਰਾ ਕੁਝ ਵੇਖ ਰਹੇ ਆ ਕਿ ਜਾਂ ਤਾਂ ਜਿਮ ਜਾ ਕੇ ਵੇਖ ਲਓ ਜਾਂ ਸੋਸ਼ਲ ਮੀਡੀਆ ਵੇਖ ਲਓ ਕਿ ਉਹ ਕੀ ਜਿਮਨਾਸਟਿਕ ਕਹਿੰਦੇ ਨੇ ਮੈਂ ਤਾਂ ਇਹ ਵੀ ਨਹੀਂ ਪਤਾ ਕੀ ਕਹਿੰਦੇ ਨੇ ਜਿਮਨਾਸਟਿਕ ਹੋ ਗਈ ਯਾ ایرੋਬਿਕਸ ਕਹਿ ਸਕਦੇ ਆ ایرੋਬਿਕਸ ਹੈ ਨਾ ਉਹਦੀ ਫੀਸ ਵਕਰੀ ਲੈ ਲੈਂਦੇ ਨੇ ਉਹ ਗਾਣੇ ਲਾ ਕੇ ਤੇ ਉਹ ਭੰਗੜਾ ਕਰਾਉਂਦੇ ਨੇ ਆਪਾਂ ਦੇਖੋ ਇੱਕ ਹਾਸੋਣੀ ਗੱਲ ਹੈ ایرੋਬਿਕਸ ਕਹੇ ਕਿ ਆਪਾਂ ਭੰਗੜਾ ਪਉਾਨੇ ਪਏ ਆ ਫਿਰ ਉਸ ਭੰਗੜੇ ਨੂੰ ਜਿਹੜਾ ਪਰਫਾਰਮ ਕਰਵਾ ਰਿਆ ਉਹਨੂੰ ਅਸੀਂ ਭੰਗੜਾ ਕੋਚ ਕਹੀ ਜਾਂਦੇ ਆ ਉਹ ਤਾਂ ਤੁਹਾਡਾ ਫਿਟਨੈਸ ਟ੍ਰੇਨਰ ਆ ਤੁਹਾਡਾ ਭੰਗੜਾ ਕੋਚ ਥੋੜੀ ਆ ਭੰਗੜਾ ਕੋਚ ਤਾਂ ਉਹ ਹੋਊਗਾ ਜਿਹਨੇ ਉਹ ਚੀਜ਼ਾਂ ਹੰਡਾਈਆਂ ਜਿਹੜਾ ਬੰਦਾ ਖੁਦ ਸਟੇਜ ਤੇ ਕਦੇ ਭੰਗੜਾ ਨਹੀਂ ਨਚਿਆ ਕਿਸੇ ਨੇ ਪਾਇਆ ਨਹੀਂ ਭੰਗੜਾ ਕਿਸੇ ਕਾਲਜ ਸਕੂਲ ਦੀ ਗੱਲ ਹੀ ਕਰ ਲਓ ਸਕੂਲ 'ਚ ਨਹੀਂ ਨਚਿਆ ਉਹ ਤੁਹਾਡਾ ਭੰਗੜਾ ਕੋਚ ਕਿਵੇਂ ਹੋ ਸਕਦਾ ਇਹ ਸਭ ਤੋਂ ਵੱਡਿਆ ਮਤਲਬ ਹਾਸੋਹਿਣੀ ਜੀ ਗੱਲ ਲੱਗਦੀ ਆ ਕਿ ਬਹੁਤ ਸਾਰੇ ਲੋਕ ਵੀ ਕਮੈਂਟਸ ਵੀ ਕਈ ਵਾਰੀ ਪੜਦੇ ਆ ਚੰਗੇ ਮਾੜੇ ਕਮੈਂਟ ਆਉਂਦੇ ਰਹਿੰਦੇ ਆ ਉਹਦੇ ਵਿੱਚ ਜਿਹੜੇ ਚੰਗੇ ਕਮੈਂਟਸ ਨੇ ਉਹ ਹਮੇਸ਼ਾ ਹੱਲਾਸ਼ਰੀ ਦਿੰਦੇ ਆ ਕਿ ਯਾਰ ਚੰਗੀ ਚੀਜ਼ ਕਰੋ ਇਸ ਬੰਦੇ ਨੂੰ ਜਿਹੜਾ ਜਿੱਥੇ ਤੱਕ ਹੈਗਾ ਉਹਨੂੰ ਉੱਥੇ ਤੱਕ ਰੱਖੋ ਠੀਕ ਆ ਤੁਹਾਡਾ ਫਿਟਨੈਸ ਟ੍ਰੇਨਰ ਆ ਉਹਨੂੰ ਫਿਟਨੈਸ ਟ੍ਰੇਨਰ ਕਹੋ ਉਹਨੂੰ ਭੰਗੜਾ ਕੋਚ ਤਾਂ ਨਾ ਬਣਾਓ ਹੂੰ ਕਈ ਕਾਲਜਸ ਦੇ ਵਿੱਚ ਜਾਂ ਸਕੂਲਸ ਦੀ ਮੈਂ ਗੱਲ ਕਰਾਂ ਤੇ ਕੁਝ ਮਤਲਬ ਏਦਾਂ ਦੇ ਬੰਦੇ ਉੱਥੇ ਬਤੌਰ ਗੈਸਟ ਨਹੀਂ ਮੈਨੂੰ ਲੱਗਦਾ ਜਾਣੇ ਚਾਹੀਦੇ ਹੂੰ ਉਹ ਸਾਡੇ ਬੱਚਿਆਂ ਨੂੰ ਸਾਡੇ ਮੁੰਡੇ ਕੁੜੀਆਂ ਨੂੰ ਚੰਗੀ ਸਿੱਧ ਦੇਣਾ ਨਹੀਂ ਮੈਨੂੰ ਲੱਗਦਾ ਉਹ ਚੰਗਾ ਨਹੀਂ ਹੈ ਪਰ ਕੁਝ ਸੰਸਥਾਵਾਂ ਉਹਨਾਂ ਨੂੰ ਵਧਾਵਾ ਦੇ ਕੇ ਉਹਨਾਂ ਨੂੰ ਗੈਸਟ ਬੁਲਾ ਰਹੇ ਨੇ ਹੂੰ ਮੈਂ ਜੇ ਆਪਣੀ ਧੀ ਨੂੰ ਭੇਜਣਾ ਹੋਵੇ ਤੇ ਮੈਂ ਐਦਾਂ ਦੇ ਬੰਦੇ ਕੋ ਕਦੇ ਨਾ ਭੇਜਾਂ ਜਿਹੜਾ ਖੁਦ ਮਰਦ ਹੋ ਕੇ ਤੇ ਮਰਦਾਵਾ ਨਾਚਣਾ ਨੱਚਦਾ ਹੋਵੇ ਬਿਲਕੁਲ ਤੇ ਮੈਨੂੰ ਲੱਗਦਾ ਕਿ ਜੇ ਗਿੱਧਾ ਸਿਖਾਣਾ ਚਾਹੁੰਦੇ ਹੋ ਕੁੜੀਆਂ ਨੂੰ ਤੇ ਕਿਸੇ ਚੰਗੀ ਗਿੱਧੇ ਕੋਚ ਕੋਲ ਭੇਜੋ ਜਿਹਨੇ ਗਿੱਧਾ ਹੰਡਾਇਆ ਬਿਲਕੁਲ ਬਹੁਤ ਸਾਰੇ ਨਾਮ ਨੇ ਪੰਨੂ ਮੈਮ ਹੈਗੇ ਨੇ ਗੁਰਮੀਤ ਕੌਰ ਮਾਲ ਜੀ ਨੇ ਜੇ ਮੈਂ ਮਰਦਾ ਦੀ ਵੀ ਗੱਲ ਕਰਾਂ ਜਿਹੜੇ ਪੁਰਾਣੇ ਕੋਚ ਬੈਠੇ ਆ ਹੁਣ ਚਲੋ ਜੇ ਇਹੀ ਗੱਲ ਆਈ ਮੈਂ ਇੱਕ ਗੱਲ ਕਰਦਾ ਨੂਰ ਜ਼ੋਰਾ ਜੀ ਜ਼ਰਾਵਰ ਸਿੰਘ ਵੈਸੇ ਉਹਨਾਂ ਦਾ ਨਾਮ ਹੈ ਜੀ 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 ਅ ਬਹੁਤ ਅੱਛੇ ਗਿੱਧਾ ਗੋਚ ਨੇ ਪਰ ਉਹਨਾਂ ਨੇ ਗਿੱਧਾ ਜਿਹੜਾ ਅਡਾਪਟ ਕੀਤਾ ਇੱਕ ਲਿਬਾਸ ਦੇ ਵਿੱਚ ਆ ਕੇ ਅਡਾਪਟ ਕੀਤਾ ਬਿਲਕੁਲ ਉਹਨਾਂ ਨੇ ਪੱਗ ਬਨ ਕੇ ਗਿੱਧਾ ਨਹੀਂ ਪਾਇਆ ਹੂੰ ਇਹ ਫਿਰ ਉਹਨਾਂ ਦੀ ਖਾਸियत ਸੀ ਹੂੰ ਤਾਂ ਲੋਕਾਂ ਨੇ ਉਹਨਾਂ ਨੂੰ ਪਿਆਰ ਦਿੱਤਾ ਹੂੰ ਔਰ ਮੈਨੂੰ ਲੱਗਦਾ ਇਦਾਂ ਦੇ ਕੋਚ ਹੋਣੇ ਚਾਹੀਦੇ ਉਹਨਾਂ ਨੇ ਬਹੁਤ ਸਾਰੀਆਂ ਉਹਨਾਂ ਦੇ ਨਾਮ ਜਿਹੜੇ ਖਿਤਾਬ ਲਿਖੇ ਗਏ ਯੂਨੀਵਰਸਿਟੀਆਂ ਦੇ ਵਿੱਚ ਬਿਲਕੁਲ ਕਿਉਂਕਿ ਉਹਨਾਂ ਨੇ ਉਸ ਚੀਜ਼ ਨੂੰ ਅਡਾਪਟ ਕੀਤਾ ਆਪਣੇ ਉੱਤੇ ਹੂੰ ਉਹਨਾਂ ਨੇ ਪੱਗ ਬਨ ਕੇ ਜਾਂ ਕੋ ਮਰਦ ਹੋ ਕੇ ਜਾਂ ਗਿੱਧਾ ਨਹੀਂ ਸਿਖਾਇਆ ਮੈਂ ਇਹ ਨਹੀਂ ਕਹਿੰਦਾ ਕਿ ਨਹੀਂ ਸਿਖਾ ਸਕਦੇ ਸਿਖਾਉਂਦੇ ਆ ਅਸੀਂ ਵੀ ਗਿੱਧੇ ਦੀਆਂ ਟੀਮਾਂ ਤਿਆਰ ਕਰਦੇ ਪਰ ਅਸੀਂ ਨਖਰਾ ਕੁੜੀਆਂ ਵਾਲਾ ਕਰਕੇ ਨਹੀਂ ਹੂੰ ਕੋਚ ਬਣ ਕੇ ਸਿਖਾਉਂਦੇ ਆ ਬਿਲਕੁਲ ਜੇ ਅਸੀਂ ਜਨਾਨੀ ਬਣ ਗਏ ਕੁੜੀ ਬਣ ਗਏ ਹੂੰ ਤੇ ਫਿਰ ਹੋਣਾ ਚਾਹ ਤੇ ਸਾਡੇ ਚ ਕੀ ਫਰਕ ਆ ਅਸੀਂ ਤਾਂ ਮਰਦਾਵਾ ਨਾਚ ਨਚਣਾ ਨਾ ਕੁਦਰਤ ਨੇ ਸਾਡੇ ਸੱਭਿਆਚਾਰ ਨੇ ਨਾਚ ਅਲੱਗ-ਅਲੱਗ ਕਿਉਂ ਦਿੱਤੇ ਸਾਨੂੰ ਹੂੰ ਇਸੇ ਕਰਕੇ ਦਿੱਤੇ ਸੀ ਨਾ ਕੁਝ ਫਰਕ ਸਿਗਾ ਬਿਲਕੁਲ ਅੱਜ ਕੱਲ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਦਾ ਮੈਂ ਮੈਂ ਉਸੇ ਪੁਆਇੰਟ ਤੇ ਆ ਰਹੀ ਹਾਂ ਸੋਸ਼ਲ ਮੀਡੀਆ ਦਾ ਜ਼ਿਕਰ ਹੋ ਗਿਆ ਮੈਨੂੰ ਲੱਗਦਾ ਸੋਸ਼ਲ ਮੀਡੀਆ ਤੇ ਸ਼ੁਰੂਆਤ ਜਿਹੜੀ ਜਿਮ ਵਾਲੀ ਗੱਲ ਜਿਹੜੀ ਅਸੀਂ ਕੀਤੀ ਕਿ ਉਹ ਤਾਂ ਫਿਟਨੈਸ ਟ੍ਰੇਨਰਸ ਨੇ ਉਹ ਐਸ਼ਲੀ ਕੋਰ ਆਈ ਥਿੰਕ ਕੋਈ ਕੁੜੀ ਆ ਉਹਨਾਂ ਤੋਂ ਸ਼ੁਰੂਆਤ ਹੋਈ ਸੀ ਉਹਨਾਂ ਨੇ ਜਿਮ ਦੇ ਵਿੱਚ ਉਹ ਸ਼ੁਰੂਆਤ ਕੀਤੀ ਸੀਗੀ ਉਸ ਤੋਂ ਬਾਅਦ ਹੁਣ ਬੱਲੂ ਦੀ ਗੱਲ ਕਰ ਲਈਏ ਬੱਲੂ ਰਾਮ ਗੜੀਆ ਉਹ ਉਹ ਆਪਣੇ ਨਾਮ ਦੇ ਪਿੱਛੇ ਰਾਮ ਗੜੀਆ ਲਾਉਂਦੇ ਨੇ ਪਹਿਲੇ ਤਾਂ ਮੈਂ ਸੌਰੀ ਗੱਲ ਟੋਕਦਾ ਤੁਹਾਡੀ ਮੇਰੀ ਅਪੀਲ ਆ ਸਾਡੇ ਉਸ ਛੋਟੇ ਵੀਰ ਨੂੰ ਮੈਂ ਵੀ ਰਾਮ ਗੜੀਆ ਦਾ ਮੁੰਡਾ ਜੀ ਜੋ ਕੰਮ ਕਰਦਾ ਮੈਨੂੰ ਲੱਗਦਾ ਉਹਨੂੰ ਨਾਮ ਪਿੱਛੇ ਰਾਮਗੜੀਆਂ ਹਟਾ ਲੈਣਾ ਚਾਹੀਦਾ ਵੀਰ ਠੀਕ ਆ ਮੈਂ ਲੋਕਨਾਚੀਆ ਕੋਈ ਸਾਡਾ ਸੱਭਿਆਚਾਰ ਕਿਸੇ ਜਾਤੀ ਦਾ ਕੋਈ ਪ੍ਰਮਾਣ ਪੱਤਰ ਨਹੀਂ ਆ ਸਾਡੇ ਨਾਲ ਮੁਸਲਮਾਨ ਵੀਰ ਵੀ ਨੱਚਦੇ ਆ ਸਾਡੇ ਨਾਲ ਹਿੰਦੂ ਵੀਰ ਵੀ ਨੱਚਦੇ ਆ ਸਾਡੇ ਨਾਲ ਜੈਨੀ ਵੀ ਨੱਚਦੇ ਆ ਸਾਡੇ ਨਾਲ ਹਰ ਧਰਮ ਦਾ ਬੰਦਾ ਨੱਚਦਾ ਬਿਲਕੁਲ ਮੈਂ ਆਪਣੀ ਜਾਤੀ ਦਿਖਾ ਕੇ ਫਿਰ ਮੈਂ ਕੰਮ ਵੀ ਪੁੱਠੇ ਕਰਾਂ ਫਿਰ ਤਾਂ ਮੈਂ ਉਹ ਸੱਭਿਆਚਾਰ ਤਾਂ ਬਾਅਦ ਦੀ ਗੱਲ ਆ ਪਹਿਲਾਂ ਮੈਂ ਆਪਣੀ ਜਿਹੜੀ ਸਾਡੀ ਕਮਿਊਨਿਟੀ ਆ ਸੀ ਉਹਨੂੰ ਢਾ ਲਾਉਣੇ ਪਏ ਆ ਠੀਕ ਆ ਵੀਰੇ ਤੂੰ ਆਪਣਾ ਜੋ ਮਰਜ਼ੀ ਤੇਰਾ ਨਾਮ ਆ ਤੂੰ ਰੱਖ ਪਰ ਮੈਨੂੰ ਥੋੜੀ ਜਿਹੀ ਗੱਲ ਜੱਚੀ ਨਹੀਂ ਪਰ ਉਹਨਾਂ ਨੇ ਕੁਝ ਸਮਾਂ ਪਹਿਲਾਂ ਇਹ ਵੀ ਚੀਜ਼ਾਂ ਕਹੀਆਂ ਸੀਗੀਆਂ ਕਿ ਮੈਨੂੰ ਜਿਹੜੇ ਮਾੜਾ ਬੋਲਦੇ ਨੇ ਉਹ ਮੇਰੇ ਘਰੇ ਰੋਟੀ ਨਹੀਂ ਪਾਉਂਦੇ ਤੇ ਜੇਕਰ ਤਾਂ ਉਹਨਾਂ ਨੂੰ ਦਿੱਕਤ ਆ ਮੈਂ ਇਹ ਸਭ ਕੁਝ ਬੰਦ ਕਰ ਦੇਣਾ ਉਹ ਮੇਰੇ ਘਰੇ ਰਾਸ਼ਨ ਦੇ ਦਿਆ ਕਰੀ ਸਾਰੀ ਚੀਜ਼ ਰੋਟੀ ਤੇ ਥੋੜੀ ਹੁੰਦੀ ਆ ਸਾਡੀ ਅਣਖ ਕਿੱਥੇ ਗਈ ਅਸੀਂ ਵੀ ਕੰਮ ਕੀਤਾ ਆ ਮੈਂ ਆ ਬਹੁਤ ਸਾਰੇ ਕੰਮ ਕੀਤੇ ਆ ਘਰ ਚਲਾਉਣ ਲਈ ਜ਼ਰੂਰੀ ਥੋੜੀ ਆ ਮੈਂ ਮਰਦ ਦੀ ਜਗ੍ਹਾ ਜਨਾਨੀ ਬਣ ਜਾਵਾਂ ਹੂੰ ਇਹਦਾ ਕੀ ਮਤਲਬ ਹੋਇਆ ਰੋਟੀ ਨਹੀਂ ਪਾਉਂਦੇ ਇਹਦਾ ਮਤਲਬ ਵੀ ਤੁਹਾਡੇ ਚ ਫਿਰ ਕੋਈ ਕੰਮ ਕਰਨ ਦਾ ਕੋਈ ਮਾਦਾ ਹੀ ਨਹੀਂ ਆ ਹੂੰ ਹਿੰਮਤ ਰੱਖੋ ਲੋਕ ਕੰਮ ਕਰਦੇ ਨੇ ਸਭ ਕੁਝ ਕਰਦੇ ਆ ਲੋਕ ਠੀਕ ਆ ਤੁਸੀਂ ਇੱਕ ਫਿਟਨੈਸ ਟ੍ਰੇਨਰ ਬਣ ਜਾਓ ਕੋਈ ਗੱਲ ਨਹੀਂ ਹੂੰ ਪਰ ਤੁਸੀਂ ਦੂਜੇ ਬੰਦਿਆਂ ਨੂੰ ਢਾਹ ਤਾਂ ਨਾ ਲਾਓ ਨਾ ਹੂੰ ਤੁਸੀਂ ਕਹਿੰਦੇ ਹੋ ਕਿ ਮੈਂ ਕੋਚ ਆਂ ਜੀ ਬਹੁਤ ਤਕੜਾ ਮੇਰੇ ਘਰ ਕੋਈ ਰੋਟੀ ਨਹੀਂ ਪੰਦਾ ਜੀ ਬਹੁਤ ਸਾਰੇ ਨਾਮਵਰ ਟੈਲੈਂਟਡ ਬੰਦੇ ਆ ਜਿਨ੍ਹਾਂ ਦੇ ਘਰ ਰੋਟੀ ਨਹੀਂ ਦਾਲ ਫੁਲਕਾ ਨਹੀਂ ਚੱਲਦਾ ਹਮ ਪਰਮਾਤਮਾ ਨੇ ਹਰ ਕਿਸੇ ਨੂੰ ਰੋਟੀ ਦਾਲ ਫੁਲਕਾ ਦੇਣਾ ਪਰ ਮੈਨੂੰ ਲੱਗਦਾ ਕਿ ਉਹ ਇਹਦੇ ਵਾਂਗੂ ਥੋੜੀ ਕਰਨ ਲੱਗ ਜਾਂਦੇ ਆ ਅੱਛਾ ਮਤਲਬ ਜੋ ਬੱਲੂ ਦੀਆਂ ਰੀਲਸ ਅਸੀਂ ਸੋਸ਼ਲ ਮੀਡੀਆ ਤੇ ਵੇਖਦੇ ਆਂ ਜਾਂ ਜੋ ਉਹ ਕਹਿੰਦੇ ਨੇ ਵੀ ਮੈਂ ਕ੍ਰਿਓਗ੍ਰਾਫਰ ਆ ਹੈਨਾ ਮੈਂ ਪੰਗੜਾ ਸਿਖਾਉਣਾ ਮੈਂ ਡਾਂਸ ਸਿਖਾਉਣਾ ਇਹ ਮੇਰਾ ਪੈਸ਼ਨ ਆ ਹੈਨਾ ਅਸਲ ਦੇ ਵਿੱਚ ਉਹ ਕਰਦੇ ਕੀ ਨੇ ਉਹ ਕਹਿੰਦੇ ਨੇ ਵੀ ਮੈਂ ਭੰਗੜਾ ਗੋਚ ਆ ਦੇਖੋ ਜੋ ਵੀ ਕਰਦੇ ਪਰ ਉਹ ਭੰਗੜਾ ਨਹੀਂ ਪਾਉਂਦੇ ਮੈਨੂੰ ਨਹੀਂ ਲੱਗਦਾ ਉਹ ਕਿਹੜੇ ਪਾਸੇ ਭੰਗੜਾ ਪਾਉਂਦੇ ਉਹਨਾਂ ਦੇ ਕਦੇ ਸੋਸ਼ਲ ਮੀਡੀਆ ਦਾ ਠੀਕ ਆ ਵਿਊਜ਼ ਬਹੁਤ ਆਉਣਗੇ ਉਹਨਾਂ ਨੂੰ ਕੋਈ ਜਿਹੜੀਆਂ ਵੀਡੀਓ ਤੇ ਫਿਰ ਕਮੈਂਟ ਬੰਦ ਕੀਤੇ ਹੋ ਕਮੈਂਟ ਤਾਂ ਖੋਲੋ ਜਾਂ ਫਿਰ ਥੱਲੇ ਜਿਹੜੇ ਕਮੈਂਟ ਹੁੰਦੇ ਪੜੋ ਤਾਂ ਸਹੀ ਬਿਲਕੁਲ ਦੂਜੇ ਨੂੰ ਤਾਂ ਤੁਸੀਂ ਪੋਡਕਾਸਟ ਦੇ ਵਿੱਚ ਬੈਠ ਕੇ ਸਮਝਾ ਸਕਦੇ ਹੋ ਕਿ ਮੇਰੇ ਘਰ ਰੋਟੀ ਨਹੀਂ ਪੰਦੀ ਜੀ ਬੰਦਾ ਜੀ ਕੋਈ ਕੋਈ ਮੈਨੂੰ ਇਹਦਾ ਮਤਲਬ ਹੈ ਕਿ ਤੁਸੀਂ ਇੱਕ ਸਿੰਪਥੀ ਲੈ ਕੇ ਸਾਡੇ ਸਭਿਆਚਾਰ ਨੂੰ ਢਾਹ ਲਾਉਣੀ ਆ ਮੈਂ ਉਹੀ ਉਸੇ ਗੱਲ ਤੇ ਹੋਂਨਾ ਮੈਂ ਹੁਣ ਜੇ ਆਪਣੇ ਤੁਸੀਂ ਹੁਣ ਜੇ ਗੱਲ ਛੇੜੀ ਐ ਤਾਂ ਮੈਂ ਆਪਣੇ ਮੁੰਡੇ ਨੂੰ ਬੱਲੂ ਦੇ ਕੋਲ ਭੰਗੜਾ ਸਿੱਖਣ ਨਹੀਂ ਭੇਜ ਸਕਦਾ ਬਿਲਕੁਲ ਮੈਂ ਕਿਸੇ ਚੰਗੇ ਰਿਪਿਊਟਡ ਕੋਚ ਨੂੰ ਲੱਭੂੰਗਾ ਜਿਹੜਾ ਵਾਕਈ ਭੰਗੜਾ ਸਿਖਾਊਗਾ ਮੈਂ ਬੱਲੂ ਦੇ ਕੋਲ ਲਾ ਜਾ ਕੇ ਉਹਨੂੰ ਕੀ ਕਰਨਾ ਮੈਂ ਹੁਣ ਤੁਸੀਂ ਵੀ ਸਾਡੇ ਧੀ ਭੈਣ ਹੋ ਜੀ 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 ਮੇਰੀ ਵਿਕਤੀ ਐ ਮੈਂ ਆਪਣੀ ਧੀ ਨੂੰ ਬੱਲੂ ਦੇ ਕੋਲ ਗਿੱਧਾ ਸਿੱਖਣ ਲਈ ਨਹੀਂ ਭੇਜ ਸਕਦਾ हां नूर ज़ोरा ਕਵੇ ਤਾਂ ਮੈਂ ਉਹਦੇ ਕੋਲ ਪੇਚ ਸਕਦਾ ਕਿਉਂਕਿ ਉਹ ਪਿਓਰ ਗਿੱਧਾ ਸਿਖਾਉਂਦੇ ਆ ਬੱਲੂ ਕੀ ਸਿਖਾਉਂਦਾ ਭੰਗੜੇ ਦਾ ਉਹਨੂੰ ਕੀ ਪਤਾ ਕਿੱਥੇ ਨੱਚਿਆ ਕਿੱਥੋਂ ਸਿੱਖਿਆ ਗਿੱਧੇ ਦਾ ਉਹਨੂੰ ਕੀ ਪਤਾ ਉਹਦੇ ਕਮੈਂਟਸ ਦੇ ਵਿੱਚ ਤਾਂ ਪੜੋ ਉਹਨੂੰ ਕੀ ਕੁਝ ਕਹਿੰਦੇ ਆ ਭੰਗੜੇ ਦੀ ਰਾਣੀ ਕਹੀ ਜਾਂਦੇ ਲੋਕ ਉਹਨੂੰ ਹੁਣ ਕੀ ਕੀ ਕਹੀਏ ਹੁਣ ਉਹਨੂੰ ਦੱਸੋ ਬੱਲੂ ਰਾਮ ਗੜੀਆ ਤੇ ਨੂਰ ਜ਼ੋਰਾ ਦੇ ਵਿੱਚ ਫਰਕ ਕੀ ਹੈ ਕਿਉਂਕਿ ਹੈ ਦੋਵੇਂ ਮੁੰਡੇ ਨੇ हां मैं नूरजोरा जी मैं थोड़ा सा रोकना चाहूंगी नूरजोरा जी सूट पाके गिद्दा करते ਨੇ ਜਾਂ ਜੋ ਵੀ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਚੂਸ ਕੀਤਾ ਉਹ ਉਹਨਾਂ ਦੀ ਮਰਜ਼ੀ ਹੈ ਜੋ ਬੱਲੂ ਨੇ ਚੂਸ ਕੀਤਾ ਉਹ ਉਹਨਾਂ ਦੀ ਮਰਜ਼ੀ ਹੈ ਹਰ ਕਿਸੇ ਦੀ ਆਪਣੀ ਜ਼ਿੰਦਗੀ ਹੈ ਹਰ ਕਿਸੇ ਨੂੰ ਹੱਕ ਹੈ ਪਰ ਦੋਨਾਂ ਦੇ ਵਿੱਚ ਫਰਕ ਕੀ ਹੈ ਜਿਵੇਂ ਤੁਸੀਂ ਕਿਹਾ ਕਿ ਮੈਂ ਆਪਣੀ ਧੀ ਨੂੰ ਬੱਲੂ ਕੋਲ ਨਹੀਂ ਭੇਜूंगा ਮੈਂ नूरजोरा ਦੇ ਕੋਲ ਭੇਜूंगा ਪਾਉਂਦੇ ਹੈ ਤਾਂ ਉਹ ਵੀ ਮਰਦੇ ਨੇ ਉਹ ਵੀ ਸੂਟ ਪਾ ਕੇ ਗਿੱਧਾ ਪਾਉਂਦੇ ਨੇ ਜੀ ਦੇਖੋ ਫਰਕ ਇਹੀ ਹੁੰਦਾ नूरजोरा जी ਨੇ ਆਪਣੇ ਆਪ ਨੂੰ ਉਸ ਚੀਜ਼ ਦੇ ਵਿੱਚ ਢਾਲ ਲਿਆ ਪਹਿਲਾਂ ਤਾਂ ਪੂਰਾ ਉਹਨਾਂ ਦੀਆਂ ਤੁਸੀਂ ਪਰਫਾਰਮੈਂਸਸ ਦੇਖੋ ਉਹਨਾਂ ਦੇ ਨਾਲ ਜਿੰਨੀ ਪੂਰੀ ਟੀਮ ਆ ਮੈਂ ਜ਼ਿਆਦਾ ਤਾਂ ਨਹੀਂ ਚਲੋ ਮੈਨੂੰ ਪਤਾ ਪਰ ਮੈਨੂੰ ਇੰਨਾ ਕੁ ਪਤਾ ਕਿ ਸ਼ਾਇਦ ਸਾਰੇ ਮੁੰਡੇ ਆ ਜੇ ਉਹ ਕਿਸੇ ਫੰਕਸ਼ਨ ਤੇ ਜਾਂਦੇ ਆ ਤੇ ਉਹ ਮੁੰਡੇ ਬਣ ਕੇ ਥੋੜੀ ਜਾਂਦੇ ਆ ਨਾ ਉਹ ਤਾਂ ਫਿਰ ਆਪਣਾ ਕੰਮ ਕਰਨ ਜਾਂਦੇ ਆ ਔਰ ਉੱਥੇ ਜਾ ਕੇ ਉਹ ਝੱਲ ਖਲਾਰ ਕੇ ਨਹੀਂ ਜਾਂਦੇ ਉੱਥੇ ਜਾ ਕੇ ਉਹ ਪਿਓਰ ਸੱਭਿਆਚਾਰ ਜੋ ਸਾਡਾ ਉਹ ਦਿਖਾ ਕੇ ਆਉਂਦੇ ਆ ਹੁਣ ਤੁਸੀਂ ਬੱਲੂ ਦੀ ਗੱਲ ਕਰਦੇ ਹੋ ਬੱਲੂ ਕਿਸੇ ਪਾਸੇ ਵੀ ਨਹੀਂ ਮੈਚ ਕਰ ਸਕਦਾ ਉਹ ਜ਼ੁਰਾ ਦੇ ਨਾਲ ਜੋ ਚੀਜ਼ਾਂ ਉਹ ਕਰਦੇ ਆ ਜਿੰਨਾ ਸੱਭਿਆਚਾਰ ਉਹਨਾਂ ਨੇ ਸਮੇਟਿਆ ਜਾਂ ਉਹ ਲੋਕਾਂ ਤੱਕ ਦੇਸ਼ ਵਿਦੇਸ਼ਾਂ ਤੱਕ ਪਹੁੰਚਾਰੇ ਆ ਕੀ ਬੱਲੂ ਉਹਨਾਂ ਪਹੁੰਚਾ ਸਕਦਾ ਠੀਕ ਆ ਕੋਰੀਓਗ੍ਰਾਫਰ ਹੋਊਗਾ ਆਪਣੀ ਥਾਂ ਹੋਊਗਾ ਪਰ ਬੱਲੂ ਨੇ ਅਜਿਹੀਆਂ ਚੀਜ਼ਾਂ ਵੀ ਕਹੀਆਂ ਨੇ ਕਿ ਵਿਦੇਸ਼ਾਂ ਤੋਂ ਉਹ ਆਨਲਾਈਨ ਕਲਾਸਿਸ ਹੁੰਦੇ ਨੇ ਜਿਹੜੇ ਵਿਦੇਸ਼ਾਂ ਦੇ ਵਿੱਚ ਲੋਕ ਸਿੱਖਣਾ ਚਾਹੁੰਦੇ ਨੇ ਇਹ ਫੀਸ ਲੈਂਦੇ ਨੇ ਤੇ ਉਹਨਾਂ ਨੂੰ ਆਨਲਾਈਨ ਸਿਖਾਉਂਦੇ ਨੇ ਦੇਖੋ ਇਹ ਤਾਂ ਹਰ ਕਿਸੇ ਦੀ ਰੋਜੀ ਰੋਟੀ ਆ ਮੈਂ ਉਹਦੇ ਉੱਤੇ ਕਹਿ ਨਹੀਂ ਸਕਦਾ ਸਿਖਾਉਣ ਨੂੰ ਫਿਰ ਗੱਲ ਉਹੀ ਆ ਜਾਂਦੀ ਆ ਜਿੰਨਾਕ ਤੁਹਾਨੂੰ ਪਤਾ ਤੁਸੀਂ ਉਹਨਾਂ ਨੂੰ ਸਿਖਾ ਦੋਗੇ ਹੁਣ ਫਿਰ ਜੇ ਮੈਂ ਕਹਾਂ ਮਤ ਮਾਰਨ ਲਈ ਤੇ ਫਿਰ ਇਦਾਂ ਦੇ ਕੋਚ ਹੀ ਫਿਰ ਮਤ ਮਾਰਦੇ ਹਨ ਸਾਡਾ ਸੱਭਿਆਚਾਰ ਕਿਉਂ ਥੱਲੇ ਜਾਂਦਾ ਪਿਆ ਜੇ ਤੁਸੀਂ ਚੰਗੇ ਕੋਚਾਂ ਨੂੰ ਛੱਡ ਕੇ ਤੁਸੀਂ ਇਦਾਂ ਦੇ ਲੋਕਾਂ ਨੂੰ ਫੀਸ ਭਰ ਕੇ ਉਹਨਾਂ ਦੇ ਕੋਲੋਂ ਸਿਖਾਉਂਗੇ ਤੇ ਫਿਰ ਸੱਭਿਆਚਾਰ ਤਾਂ ਫਿਰ ਕੀ ਕਹਿ ਸਕਦੇ ਹਨ ਹੁਣ ਮੈਂ ਸਾਲ 2000 ਦੇ ਵਿੱਚ ਮੈਨੂੰ ਯਾਦ ਆ ਕਿ ਸਭ ਤੋਂ ਪਹਿਲਾ ਈਵੈਂਟ ਜਦੋਂ ਪ੍ਰਾਈਵੇਟ ਈਵੈਂਟ ਅਸੀਂ ਕੰਪੀਟੀਸ਼ਨ ਕਰਵਾਇਆ ਸੀ ਉਦੋਂ ਯੂਨੀਵਰਸਿਟੀਆਂ ਦੇ ਵਿੱਚ ਵੀ ਬਹੁਤ ਸਾਰੀਆਂ ਟੀਮਾਂ ਹੁੰਦੀਆਂ ਸੀ ਬਿਲਕੁਲ ਸਾਡਾ ਆਪਣਾ ਸਕੂਲ ਹੈ ਮੇਰੇ ਮਦਰ ਪ੍ਰਿੰਸੀਪਲ ਨੇ ਉੱਥੇ ਐਨੂਅਲ ਫੰਕਸ਼ਨ ਸੀ ਤੇ ਅਸੀਂ ਇੱਦੀ ਘਰ ਬੈਠ ਡਿਸਾਈਡ ਕੀਤਾ ਕਿ ਮਮਾ ਮੈਂ ਕੰਪੀਟੀਸ਼ਨ ਕਰਵਾਉਣਾ ਚਾਹੁੰਨਾ ਤੇ ਉਹਨਾਂ ਨੇ ਹਾਂਮੀਪਰੀ ਕਹਿੰਦੇ ਠੀਕ ਹੈ ਐਨੂਅਲ ਫੰਕਸ਼ਨ ਸਾਡਾ 3-4 ਘੰਟੇ ਦਾ ਉਸ ਤੋਂ ਬਾਅਦ ਸ਼ਾਮ ਨੂੰ ਤੁਸੀਂ ਫੰਕਸ਼ਨ ਕਰਵਾ ਸਕਦੇ ਅਸੀਂ ਕੰਪੀਟੀਸ਼ਨ ਰੱਖਿਆ ਸਾਡੇ ਕੋਲ 12-13 ਟੀਮਾਂ ਪਹੁੰਚੀਆਂ ਬਹੁਤ ਵਧੀਆ ਕੰਪੀਟੀਸ਼ਨ ਰਿਹਾ ਉਸ ਤੋਂ ਬਾਅਦ ਸਾਲ 2000 ਤੋਂ ਲੈ ਕੇ 2024 ਚੱਲ ਗਿਆ 24 ਸਾਲ ਹੋ ਗਏ ਮੈਨੂੰ ਇਵੈਂਟ ਮੈਨੇਜਮੈਂਟ ਦੇ ਵਿੱਚ ਉਹਦੇ ਵਿੱਚ ਬਹੁਤ ਸਾਰੇ ਇਦਾਂ ਦੇ ਫੰਕਸ਼ਨ ਹੰਡਾਏ ਆਰਗੇਨਾਈਜ਼ ਕੀਤੇ ਬਹੁਤ ਸਕਸੈਸਫੁਲ ਗਏ ਕਈਆਂ ਦੇ ਵਿੱਚ ਕੁਝ ਲੋਕ ਸਾਨੂੰ ਸਿਖਾ ਕੇ ਵੀ ਗਏ ਅਸੀਂ ਤਾਂ ਗਰੋਅਪ ਕੀਤਾ ਨਾ ਆਪਣੇ ਸੱਭਿਆਚਾਰ ਲਈ ਪਰ ਜਦੋਂ ਹੁਣ ਅਸੀਂ ਦੇਖਦੇ ਆ ਬਹੁਤ ਸਾਰੇ ਹੁਣ ਬੱਲੂ ਹੋ ਗਿਆ ਜਾਂ ਇਦਾਂ ਤੇ ਬਹੁਤ ਸਾਰੇ ਲੋਕ ਨੇ ਇਹਨਾਂ ਇਦਾਂ ਦੇ ਲੋਕਾਂ ਨੂੰ ਅਸੀਂ ਕਿਸੇ ਸੱਭਿਆਚਾਰਕ ਪ੍ਰੋਗਰਾਮ ਦੇ ਵਿੱਚ ਮੈਂ ਨਹੀਂ ਕਦੇ ਸੱਦਿਆ ਸਾਡੇ ਕੋਲ ਆਉਂਦੇ ਨੇ ਸੀਨੀਅਰਸ ਚੰਨੀਤ ਕੋਲੀਆ ਜੀ ਵਰਗੇ ਮਾਸਟਰ ਮੋਹਨ ਜੀ ਵਰਗੇ ਮਾਸਟਰ ਭਜਨ ਜੀ ਵਰਗੇ ਹਰਜੀਤਪਾਲ ਜੀ ਵਰਗੇ ਇਦਾਂ ਦੇ ਸੀਨੀਅਰ ਆਉਂਦੇ ਆ 골ਡੀ ਰੰਧਾਵਾ ਜੀ ਵਰਗੇ ਜਿਹੜੇ ਕੋ ਸਿਖਾ ਕੇ ਜਾਂਦੇ ਆ ਬੱਚਿਆਂ ਨੂੰ ਜਿਹੜਾ ਨੇ ਭੰਗੜਾ ਪਾਇਆ ਗਿੱਧੇ ਦੀ ਗੱਲ ਕਰਾਂ ਤਾਂ ਗਿੱਧੇ ਦੇ ਨਾਮ ਵਰ ਕੋਚ ਆਉਂਦੇ ਆ ਸਾਡੇ ਕੋਲ ਲੇਡੀਜ਼ ਉਹ ਲੇਡੀਜ਼ ਸੀਨੀਅਰ ਲੇਡੀਜ਼ ਜਿਹੜਾ ਨੇ ਗਿੱਧੇ ਨੂੰ ਹੰਡਾਇਆ ਤੇ ਜੇ ਮੈਂ ਉਥੇ ਬੱਲੂ ਨੂੰ ਸੱਦ ਕੇ ਸਟੇਜ ਦੇ ਉੱਤੇ ਕਹੋ ਜੀ ਡੈਮੋ ਦਿਓ ਫਿਰ ਬੱਲੂ ਉੱਥੇ ਕੀ ਸਖਾ ਕੇ ਜਾਊਗਾ ਪਰ ਬੱਲੂ ਨੂੰ ਐਸ ਅ ਚੀਫ ਗੈਸਟ ਬੜੇ ਫੰਕਸ਼ਨਸ 'ਚ ਬੁਲਾਉਂਦੇ ਨੇ ਇਹ ਤਾਂ ਫਿਰ ਉਹਨਾਂ ਦੀ ਸੋਚ ਆ ਨਾ ਮੈਂ ਉਹੀ ਤਾਂ ਗੱਲ ਕਰ ਰਿਹਾ ਨਾ ਅਸੀਂ ਕੀ ਪ੍ਰੈਜ਼ੈਂਟ ਕਰਨਾ ਚਾਹੁੰਦੇ ਆ ਆਪਣੇ ਬੱਚਾ ਅੱਗੇ ਕੀ ਗੱਲ ਸਾਡੇ ਕੋਲ ਚੰਗੇ ਲੋਕਾਂ ਦੀ ਗਿਣਤੀ ਘਟ ਗਈ ਯਾ ਸਿਰਫ ਵਿਊਜ਼ ਹੀ ਦੇਖਣੇ ਆ ਮੈਨੂੰ ਵਿਊ ਨਹੀਂ ਚਾਹੀਦੇ ਮੇਰਾ ਨਾਮ ਮੇਰੇ ਸੱਭਿਆਚਾਰ ਕਰਕੇ ਆ ਜੀ ਮੈਂ ਦਾਲ ਫੁਲਕਾ ਨਹੀਂ ਸੱਭਿਆਚਾਰ ਤੋਂ ਕਮਾਉਂਦਾ ਹੂੰ ਉਹਦੇ ਲਈ ਮੇਰਾ ਆਪਣਾ ਕੰਮ ਹੈ ਜਿੱਦਾਂ ਹੁਣ ਬੱਲੂ ਤੁਸੀਂ ਕਹਿੰਦੇ ਹੋ ਕਹਿੰਦਾ ਮੇਰੇ ਘਰ ਦਾਲ ਫੁਲਕਾ ਨਹੀਂ ਸੀ ਜਦੋਂ ਮੇਰੇ ਕੋਲ ਦਾਲ ਫੁਲਕਾ ਨਹੀਂ ਸੀ ਤੇ ਕੀ ਮੈਂ ਸੱਭਿਆਚਾਰ ਨੂੰ ਵੇਚਣਾ ਸ਼ੁਰੂ ਕਰਤਾ ਨਹੀਂ ਮੈਂ ਆਪਣਾ ਕਿੱਤਾ ਚੂਜ਼ ਕੀਤਾ ਆਪਣੀ ਮਿਹਨਤ ਦੇ ਨਾਲ ਆਪਣਾ ਘਰ ਚਲਾ ਰਿਹਾ ਹਾਂ ਸੱਭਿਆਚਾਰ ਨੂੰ ਨਹੀਂ ਵੇਚਦਾ ਪਿਆ ਕਲਾਸਿਸ ਅਸੀਂ ਵੀ ਲੈਨੇ ਆ ਅਕੈਡਮੀ ਮੈਂ ਵੀ ਚਲਾ ਰਿਹਾ ਹਾਂ ਪਿਛਲੇ 18 ਸਾਲ ਤੋਂ ਜੀ ਪਰ ਉਹਨੂੰ ਅਸੀਂ ਸੱਭਿਆਚਾਰ ਨੂੰ ਥੱਲੇ ਸੁੱਟਣ ਲਈ ਨਹੀਂ ਚਲਾ ਰਹੇ ਉਹਦੇ ਵਿੱਚ ਪਿਓਰ ਚੀਜ਼ ਸਿਖਾਉਨੇ ਆ ਫੋਕਸ ਸਿਖਾਉਨੇ ਆ ਕਲਾਸਿਕਲ ਸਿਖਾਉਨੇ ਆ ਪਿਓਰ ਸਿਖਾਉਨੇ ਆ ਪਰ ਅਸੀਂ ਉਸ ਚੀਜ਼ ਦੇ ਨਾਲ ਕੰਪਰੋਮਾਈਜ਼ ਨਹੀਂ ਕਰਦੇ ਮੈਂ ਕਿਸੇ ਮੁੰਡੇ ਨੂੰ ਕੁੜੀਆਂ ਵਾਲਾ ਨਾਚ ਨਹੀਂ ਸਿਖਾ ਸਕਦਾ ਬਿਲਕੁਲ ਕੁੜੀਆਂ ਅੱਜ ਕੱਲ੍ਹ ਭੰਗੜਾ ਪਾਉਂਦੀਆਂ ਨੇ ਬਹੁਤ ਵਧੀਆ ਗੱਲ ਆ ਜੀ ਅਸੀਂ ਵੀ ਸਿਖਾਉਨੇ ਆ ਉਹ ਇੱਕ ਅਲੱਗ ਚੀਜ਼ ਹੋ ਜਾਂਦੀ ਆ ਪਰ ਮੈਂ ਕਿਸੇ ਮੁੰਡੇ ਨੂੰ ਕੁੜੀਆਂ ਵਾਲਾ ਨਾਚ ਨਹੀਂ ਸਿਖਾ ਸਕਦਾ ਇਹ ਤਾਂ ਬੱਲੂ ਵਰਗਾ ਹੀ ਕਰ ਸਕਦੇ ਆ ਬੱਲੂ ਨੇ ਬਾਉਂਸਰਸ ਵੀ ਰੱਖੇ ਨੇ ਸੁਣਨ ਚ ਆਇਆ ਸੀ ਹਾਫੇ ਜੇ ਕੰਮ ਉੱਧਾ ਦੇ ਕਰਨੇ ਆ ਛਤਰਾ ਦੇ ਡਰ ਤੋਂ ਰੱਖਣੀ ਪੈਣੇ ਆ ਪਰ ਉਹ ਤਾਂ ਅਛਰੇ ਆਮ ਕਹਿੰਦੇ ਨੇ ਸੋਸ਼ਲ ਮੀਡੀਆ ਤੇ ਵੀ ਮੈਂ ਨਹੀਂ ਡਰਦਾ ਕਿਸੇ ਕੋਲ ਜਿੰਨੇ ਆਣਾ ਆ ਜੋ ਫਿਰ ਬਾਉਂਸਰਸ 깔 ਹੀ ਰੱਖਿਆ ਹਮ ਗਲਤ ਫੇ ਉੱਥੇ ਆ ਗਈ ਦੋਨੋਂ ਪਾਸੇ ਇਹੋ ਸੈਲੀਬ੍ਰਿਟੀ ਹੈ ਨਾ ਇਸ ਵਲੇ ਹਾਂ ਚਲੋ ਇੱਕ ਐਸਾ ਬਈ ਉਹ ਆਪਣੇ ਆਪ ਚ ਫੀਲ ਲੈਂਦੇ ਨੇ ਰੀਲਸ ਦੀ ਸੈਲੀਬ੍ਰਿਟੀ ਜ਼ਰੂਰ ਉਹ ਹੈਗੇ ਆ ਹੂੰ ਠੀਕ ਆ ਪਰ ਜੇ ਅਸੀਂ ਕਿਸੇ ਚੰਗੇ ਕੋਚਾਂ ਦੀ ਗੱਲ ਕਰੀਏ ਜਾਂ ਸੱਭਿਆਚਾਰ ਦੇ ਨਾਲ ਜੁੜੇ ਅਸਲ ਬੰਦਿਆਂ ਦੀ ਗੱਲ ਕਰੀਏ ਉਹਨਾਂ ਲਈ ਉਹ ਸੈਲੀਬ੍ਰਿਟੀ ਨਹੀਂ ਆ ਬਿਲਕੁਲ ਸੈਲੀਬ੍ਰਿਟੀ ਠੀਕ ਆ ਉਹਨਾਂ ਲਈ ਹੋਊਗਾ ਜਿਹਨਾਂ ਨੂੰ ਵਿਊਜ਼ ਚਾਹੀਦੇ ਆ ਉਹਨਾਂ ਨੇ ਸੈਲਫੀ ਪਾ ਲਈ ਸਾਡੀ ਫੋਟੋ ਤੇ 1000 2000 ਲਾਈਕ ਆ ਜਾਣਗੇ ਰੀਲਸ ਪਾ ਦੇਾਂਗੇ ਤੇ ਸ਼ਾਇਦ ਵਿਊਜ਼ ਚੱਲ ਜਾਣਗੇ ਲੱਖਾਂ ਦੇ ਵਿੱਚ ਉਹਨਾਂ ਲਈ ਸੈਲੀਬ੍ਰਿਟੀ ਹੋ ਸਕਦਾ ਸਾਡੀਆਂ ਰੀਲਾਂ ਦੇ ਉੱਤੇ 12-15000 ਹੀ ਵਿਊ ਆ ਜਣਾ ਅਸੀਂ ਖੁਸ਼ ਹਾਂ ਇੰਨੇ ਨਾਲ ਹੀ ਹੂੰ ਕਮ ਸੇ ਕਮ ਅਸੀਂ ਆਪਣੇ ਸੱਭਿਆਚਾਰ ਨੂੰ ਥੱਲੇ ਤਾਂ ਸੁੱਟਦੇ ਨਹੀਂ ਨਾ ਪਏ ਅਸੀਂ ਇੰਨੇ ਨਾਲ ਹੀ ਖੁਸ਼ ਹਾਂ ਕਿ ਸਾਡੇ ਵਿਊਅਰਜ਼ ਚਾਹੇ 12-15000 ਹੀ ਆ ਪਰ ਉਹ ਚੰਗੇ ਆ ਅੱਛਾ ਇਹ ਤਾਂ ਬੱਲੂ ਦੀ ਗੱਲ ਕਰ ਲਈ ਵੀ ਆਪਾਂ ਸੋਸ਼ਲ ਮੀਡੀਆ ਤੇ ਜੋ ਲੋਕ ਵੇਖਦੇ ਨੇ ਉਹੀ ਅਪਣਾ ਰਹੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਹਨਾ ਪਰ ਵਾਕਿਆ ਉਹਨਾਂ ਨੂੰ ਲੋਕਾਂ ਨੂੰ ਕਲੈਰੀਫਿਕੇਸ਼ਨ ਚਾਹੀਦੀ ਆ ਵੀ ਅਸਲ ਪੰਗੜਾ ਕੀ ਆ ਅਸਲ ਸੱਭਿਆਚਾਰ ਹੈ ਕੀ ਜੀ ਦੇਖੋ ਅਸਲ ਸੱਭਿਆਚਾਰ ਬੱਚਿਆਂ ਨੂੰ ਚੰਗੇ ਇਵੈਂਟਸ ਦੇ ਵਿੱਚ ਲੈ ਕੇ ਜਾਓ ਹੂੰ ਅੱਜ ਕੱਲ ਸੋਲੋ ਕੰਪੀਟੀਸ਼ਨ ਬਹੁਤ ਆ ਮੈਂ ਮਾੜਾ ਨਹੀਂ ਕਹਿੰਦਾ ਮੈਂ ਬਹੁਤ ਚੰਗਾ ਕਹਿਣਾ ਹੁਣਾਂ ਨੂੰ ਕਿਉਂਕਿ ਅਸੀਂ ਵੀ ਕਰਵਾਉਂਦੇ ਰਹੇ ਹਾਂ ਸ਼ੁਰੂਆਤ ਕਹ ਲੋ ਜੇ ਜਲੰਧਰ ਜਾਂ ਪੰਜਾਬ ਦੀ ਕਈ ਹੈ ਤੇ ਸਾਲ 2000 ਤੋਂ ਅਸੀਂ ਸੋਲੋ ਸ਼ੁਰੂ ਕੀਤੇ ਸੀਗੇ ਸ਼ਾਇਦ ਉਹਦੋਂ ਹੋਰ ਵੀ ਹੁੰਦੇ ਹੋਣਗੇ ਜੀ ਪਰ ਮੈਂ ਕਹਿੰਦਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਪਹਿਲਾਂ ਸੋਲੋ ਕੰਪੀਟੀਸ਼ਨ ਕਰਵਾਉਂਦੇ ਰਹੇ ਉਸ ਤੋਂ ਬਾਅਦ ਜਦੋਂ ਹੌਲੀ-ਹੌਲੀ ਕੋਵਿਡ ਤੋਂ ਬਾਅਦ ਤਾਂ ਬਿਲਕੁਲ ਹੀ ਬੰਦ ਹੋ ਗਏ ਸੀ ਹੁਣ ਦੁਬਾਰਾ ਸ਼ੁਰੂ ਹੋਏ ਜੀ ਸਾਨੂੰ ਸਕੂਲ ਟਾਈਮ ਤੋਂ ਪਨੀਰੀ ਨੂੰ ਤਿਆਰ ਕਰਨ ਦੀ ਜ਼ਰੂਰਤ ਹੈ ਹਮ ਕਾਲਜ ਦੇ ਵਿੱਚ ਜਾ ਕੇ ਬੱਚਾ ਸਿੱਖਦਾ ਨਹੀਂ ਬਿਲਕੁਲ ਕਾਲਜ ਦੀਆਂ ਟੀਮਾਂ ਵਾਲਿਆਂ ਨੂੰ ਤਾਂ ਸਿੱਖੇ ਸਿਖਾਏ ਬੱਚੇ ਚਾਹੀਦੇ ਆ ਹਮ ਬੱਚੇ ਨੇ ਸਿੱਖਣਾ ਸਕੂਲ ਤੋਂ ਬਿਲਕੁਲ ਜੇ ਸਾਡੀ ਨੀਂ ਮਜ਼ਬੂਤ ਹੈ ਤੇ ਸਾਡਾ ਮਕਾਨ ਆਪੇ ਮਜ਼ਬੂਤ ਰਹੇਗਾ ਜੇ ਸਾਡੀ ਨੀਂ ਮਜ਼ਬੂਤ ਨਹੀਂ ਹਮ ਨੀਂ ਜਦੋਂ ਬਣਾਉਣੀ ਆ ਉਦੋਂ ਤਾਂ ਅਸੀਂ ਭੇਜ ਦਿੰਨੇ ਆ ਯੂਟਿਊਬਰਸ ਦੇ ਕੋਲ ਹਮ ਫਿਰ ਜਦੋਂ ਕਾਲਜ ਦੀ ਟੀਮ ਦੇ ਵਿੱਚ ਬੱਚਾ ਸਿਲੈਕਟ ਨਹੀਂ ਹੁੰਦਾ ਟੀਮਾਂ ਨਹੀਂ ਬਣਦੀਆਂ ਫਿਰ ਕਹਿੰਦੇ ਜੀ ਸੱਭਿਆਚਾਰ ਥੱਲੇ ਡਿੱਗੀ ਜਾਂਦਾ ਬਿਲਕੁਲ ਗਲਤੀ ਤਾਂ ਸਾਡੀ ਆਪਣੀ ਆ ਅਸੀਂ ਜੇ ਚੰਗੇ ਕੋਚਾਂ ਨੂੰ ਚੂਜ਼ ਕਰਾਂਗੇ ਚੰਗੀ ਚੀਜ਼ ਨੂੰ ਚੂਜ਼ ਕਰਾਂਗੇ ਬੱਚੇ ਦੀ ਨਹੀਂ ਆਪੀ ਮਜ਼ਬੂਤ ਹੋਊਗੀ ਅੱਜ ਬਹੁਤ ਸਾਰੇ ਬੱਚੇ ਆ ਛੋਟੇ ਜਿਨ੍ਹਾਂ ਨੇ ਬਹੁਤ ਨਾਮਣਾ ਖਟਿਆ ਸਾਨੂੰ ਖੁਸ਼ੀ ਹੁੰਦੀ ਉਹਨਾਂ ਨੂੰ ਦੇਖ ਕੇ ਕਈ ਬੱਚੇ ਸਾਡੇ ਇਵੈਂਟਸ ਤੋਂ ਨਿਕਲ ਕੇ ਗਏ ਉਹਨਾਂ ਦੀਆਂ ਵੀ ਇਦਾਂ ਵੀਡੀਓ ਵਾਇਰਲਸ ਹੋਈਆਂ ਸੀ ਉਹਨਾਂ ਨੂੰ ਕਈ ਟੀਵੀ ਚੈਨਲਸ ਵਾਲਿਆਂ ਨੇ ਫਿਲਮਾਂ ਵਾਲਿਆਂ ਨੇ ਲੈ ਲਿਆ ਯੋ ਕੰਮ ਕਰੋ ਆਜੋ ਬੱਚੇ ਕਮਾਈ ਵੀ ਕਰ ਰਹੇ ਆ ਹੂੰ ਪਰ ਉਹ ਸੱਭਿਆਚਾਰ ਨੂੰ ਢਾਹ ਨਹੀਂ ਲਾਉਂਦੇ ਪਏ ਸਾਨੂੰ ਖੁਸ਼ੀ ਹੁੰਦੀ ਆ ਕਿ ਉਹਨਾਂ ਨੇ ਚੰਗੇ ਕੋਚ ਨੂੰ ਚੂਜ਼ ਕੀਤਾ ਬਿਲਕੁਲ ਚੰਗੀਆਂ ਜਗ੍ਹਾ ਤੇ ਜਾ ਕੇ ਆਪਣਾ ਨਾਮ ਬਣਾਇਆ ਹੂੰ ਉਸ ਤੋਂ ਬਾਅਦ ਫੀਲਡ ਦੇ ਵਿੱਚ ਆਏ ਹੂੰ ਸਾਨੂੰ ਚਾਹੀਦਾ ਆਪਣੇ ਬੱਚਿਆਂ ਨੂੰ ਚੰਗੀ ਜਗ੍ਹਾ ਭੇਜਣਾ ਬਿਲਕੁਲ ਜੇ ਤੁਸੀਂ ਕਿਸੇ ਬੱਚੇ ਦੀ ਕੋਈ ਕੋਚ ਚੂਜ਼ ਕਰਦੇ ਹੋ ਚਾਹੇ ਉਹ ਮੁੰਡਾ ਹੈ ਚਾਹੇ ਕੁੜੀ ਹੈ ਹੂੰ ਪਹਿਲਾਂ ਉਸ ਕੋਚ ਦੀ ਬਾਇਓਗ੍ਰਾਫੀ ਜ਼ਰੂਰ ਪਤਾ ਕਰੋ ਬਿਲਕੁਲ ਕਿ ਉਹਦੇ ਉਹਦੇ ਪੱਲੇ ਕੀ ਆ ਹੂੰ ਜੇ ਕੋਈ ਕਿਤਾਬ ਬੱਚੇ ਦੇ ਹੱਥੇ ਦੇਣੀ ਆ ਨਾ ਤਾਂ ਪਹਿਲਾਂ ਅਸੀਂ ਉਸ ਕਿਤਾਬ ਨੂੰ ਫਰੋਲ ਕੇ ਦੇਖਦੇ ਆ ਜੀ ਕਿ ਉਸ ਕਿਤਾਬ ਵਿੱਚ ਕੀ ਹੈ ਹਮ ਕਿਸੇ ਉਸ ਕਿਤਾਬ ਦੇ ਵਿੱਚ ਕੁਝ ਗਲਤ ਚੀਜ਼ ਤਾਂ ਨਹੀਂ ਹਮ ਤੇ ਇਹ ਤਾਂ ਬੱਚਿਆਂ ਦੀ ਜ਼ਿੰਦਗੀ ਹੈ ਬਿਲਕੁਲ ਇਹਦੇ ਲਈ ਉਸ ਕੋਚ ਦੀ ਕਿਤਾਬ ਤਾਂ ਖੋਲ ਕੇ ਦੇਖੋ ਨਾ ਹਮ ਅੱਛਾ ਮੇਰਾ ਆਖਰੀ ਸਵਾਲ ਤੁਹਾਨੂੰ ਇਹ ਹੋਏਗਾ ਕਿ ਪਿੱਛੇ ਜੀ ਬੜੀ ਚਰਚਾ ਚਰਚਾ ਦੇ ਵਿੱਚ ਸਗੀ ਹੈ ਖਬਰ ਕਿ ਆਰਕੈਸਟਰਾ ਦੀ ਗੱਲ ਕਰਦੀ ਹੈ ਮੈਂ ਔਰਕੈਸਟਰਾ ਤੇ ਜਿੰਨੇ ਗਰੁੱਪ ਹੁੰਦੇ ਨੇ ਕਹਿੰਦੇ ਵੀ ਉਹਨਾਂ ਦਾ ਪੰਗਾ ਪੈਂਦਾ ਹੀ ਪੈਂਦਾ ਪਿੱਛੇ ਚ ਪੈ ਕੇ ਹਟਿਆ ਤੇ ਉਹ ਕੁੜੀ ਦੀ ਗਲਤੀ ਨਿਕਲੀ ਪਤਾ ਨਹੀਂ ਮੁੰਡੇ ਦੀ ਤੇ ਉਹ ਬਹੁਤ ਇੰਟਰਵਿਊਸ ਉਸ ਕੁੜੀ ਦੇ ਹੋਏ ਤੇ ਉਹ ਫਿਰ ਸ਼ਾਇਦ ਵੂਮਨ ਕਾਰਡ ਪਲੇ ਕੀਤਾ ਗਿਆ ਜਾਂ ਕੀ ਸੀਗਾ ਦੇਖੋ ਉਹਦੇ ਵਿੱਚ ਜ਼ਿਆਦਾ ਟਿੱਪਣੀ ਨਹੀਂ ਮੈਂ ਕਰਦਾ ਕਿਉਂਕਿ ਅਸੀਂ ਮੌਕੇ ਤੇ ਨਹੀਂ ਸੀ ਪਰ ਜੇ ਆਹ ਗੱਲ ਕਹੀਏ ਕਿ ਔਰਕੈਸਟਰਾ ਦੇ ਵਿੱਚ ਹੀ ਲੜਾਈ ਹੁੰਦੀ ਹੈ ਮੈਂ ਇਸ ਚੀਜ਼ ਤੋਂ ਸਹਿਮਤ ਨਹੀਂ ਮੈਂ 14 ਸਾਲ ਡੀਜੇ ਸਿਸਟਮ ਮੇਰਾ ਰਿਹਾ ਤੇ ਮੈਨੂੰ ਨਹੀਂ ਲੱਗਦਾ 14 ਸਾਲਾਂ ਦੇ ਵਿੱਚ ਸਾਡੀ ਕਦੇ ਕਿਸੇ ਫੰਕਸ਼ਨ ਤੇ ਲੜਾਈ ਹੋਈ ਹੈ ਬਿਲਕੁਲ ਜਿਹੜੀ ਚੀਜ਼ ਤੁਸੀਂ ਪਰੋਸੋਗੇ ਹੂੰ ਉਸੇ ਚੀਜ਼ ਦੇ ਖਾਣ ਵਾਲੇ ਤੁਹਾਨੂੰ ਅੱਗੇ ਮਿਲਣੇ ਆ ਜੀ ਜੇ ਤੁਸੀਂ ਪਨੀਰ ਪਰੋਸਦੇ ਹੋ ਤੇ ਪਨੀਰ ਖਾਣ ਵਾਲੇ ਆਉਣੇ ਆ ਹੂੰ ਤੇ ਜੇ ਮੁਰਗਾ ਪਰੋਸਦੇ ਹੋ ਤੇ ਮੁਰਗਾ ਖਾਣ ਵਾਲੇ ਆਉਣੇ ਆ ਹੂੰ ਇਹ ਤਾਂ ਸਾਡੇ ਉੱਤੇ ਡਿਪੈਂਡ ਕਰਦਾ ਅਸੀਂ ਕੀ ਪਰੋਸਦੇ ਪਏ ਆ ਅਸੀਂ 14 ਸਾਲਾਂ ਦੇ ਵਿੱਚ ਕਦੇ ਕੋਈ ਲੜਾਈ ਝਗੜੇ ਤੋਂ ਸਾਨੂੰ ਜ਼ਰੂਰਤ ਨਹੀਂ ਪਈ ਕਦੇ ਕੋਈ ਇੱਦਾਂ ਦੀ ਨਾ ਕਦੇ ਕੋਈ ਸਾਡੇ ਨਾਲ ਕੋਈ ਕਿਸੇ ਨੇ ਬਦਸਲੂਕੀ ਨਹੀਂ ਕੀਤੀ ਬਹੁਤ ਸਾਰੇ ਐਨ ਆਰ ਆਈ ਕਲਾਇੰਟ ਆ ਸਾਡੇ ਅੱਜ ਵੀ ਅਸੀਂ ਕੰਮ ਕਰਦੇ ਹਾਂ ਇਨਵੈਸਟਮੈਂਟ ਮੈਨੇਜਮੈਂਟ ਦਾ ਸਾਡੇ ਜਿਹੜੇ ਕਲਾਇੰਟ ਨੇ ਮੈਨੂੰ ਨਹੀਂ ਲੱਗਦਾ ਕਦੇ ਕੋਈ ਲੜ ਸਕਦਾ ਜੇ ਤੁਸੀਂ ਚੰਗਾ ਕੰਮ ਦਿੰਦੇ ਹੋ ਚੰਗੀ ਚੀਜ਼ ਪੇਸ਼ ਕਰਦੇ ਹੋ ਬਹੁਤ ਸਾਰੇ ਗਰੁੱਪ ਆ ਜਿਹੜਾ ਚੰਗਾ ਕੰਮ ਕਰਦੇ ਉਹ ਨਹੀਂ ਕਦੇ ਲੜੇ ਕਾਰਨ ਕਾਰਨ ਕੀ ਹੁੰਦਾ ਵੀ ਕਿਉਂ ਲੜਾਈਆਂ ਹੁੰਦੀਆਂ ਨੇ ਕਾਰਨ ਦੇਖੋ ਜਿੱਦਾਂ ਤੁਸੀਂ ਕਿਹਾ ਹੀ ਆ ਕਿ ਸੋਸ਼ਲ ਮੀਡੀਆ ਤੇ ਵੀ ਆਇਆ ਸੀ ਕਿ ਨਸ਼ਾ ਨਸ਼ਾ ਸਭ ਤੋਂ ਵੱਡਾ ਕਾਰਨ ਆ ਮੈਨੂੰ ਲੱਗਦਾ ਸਾਡੀਆਂ ਸਟੇਜਾਂ ਤੇ ਲੜਾਈ ਕਿਉਂ ਨਹੀਂ ਸੀ ਹੁੰਦੀ ਅਸੀਂ ਵੀ ਸਟੇਜ ਤੇ ਚੜਦੇ ਰਹੇ ਤੇ ਮੱਥਾ ਟੇਕ ਕੇ ਪ੍ਰਮਾਤਮਾ ਤੋਂ ਡਰ ਕੇ ਕਹਿੰਦੇ ਆ ਅਜ ਤੱਕ ਕਦੇ ਕੋਈ ਵੀ ਨਸ਼ਾ ਕਰਕੇ ਸਟੇਜ ਦੇ ਉੱਤੇ ਨਹੀਂ ਚੜੇ ਕਦੇ ਨੱਚੇ ਨਹੀਂ ਕਦੇ ਪਰਫਾਰਮ ਨਹੀਂ ਕੀਤਾ ਪਰ ਅੱਜ ਕੱਲ ਬਿਨਾਂ ਨਸ਼ੇ ਤੋਂ ਬਿਨਾਂ ਮੂਵ ਦੀ ਸਪਰੇਅ ਲਾਏ ਤੋਂ ਤੇ ਔਰਕੈਸਟਰਾ ਦੀ ਗੱਲ ਕਰਾਂ ਤੇ ਬਹੁਤ ਸਾਰੇ ਗਰੁੱਪਾਂ ਚੰਗੇ ਗਰੁੱਪ ਵੀ ਹੈਗੇ ਆ ਬਹੁਤ ਸਾਰੇ ਗਰੁੱਪ ਬਿਨਾਂ ਸ਼ਰਾਬ ਪੀਤੇ ਤੋਂ ਪਰਫਾਰਮ ਨਹੀਂ ਕਰਦੇ ਫਿਰ ਉਹ ਜਿਹਨੇ ਸ਼ਰਾਬ ਪੀ ਕੇ ਸਟੇਜ ਤੇ ਚੜਨਾ ਉਹਨੂੰ ਫਿਰ ਅੱਗੇ ਉਹਦਾ ਤੇ ਟੱਕਰ ਨੇ ਆ अच्छा मैं क्या सिगा मेरा आखिरी सवाल पर एक सवाल इसी चीज तो जेडा मैं पूछना चाहूंगी ਤੁਸੀਂ ਕਹ ਕਿ অর্কেস্ট্রা ਵਾਲੇ ਨਸ਼ਾ ਕੀਤੇ ਬਿਨਾ ਨਹੀਂ ਚੜਦੇ আজকাল ਹੈ ਨਾ ਪਰ ਕਿਤੇ ਨਾ ਕਿਤੇ ਕਾਲਜਾਂ ਦੇ ਵਿੱਚ ਜਿਹੜੇ ਯੂਥ ਫੈਸਟੀਵਲਸ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਨਸ਼ੇ ਦੀ ਵਰਤੋਂ ਕੀਤੀ ਜਾਂਦੀ ਹੈ ਵੀ ਜੇਕਰ ਅਸੀਂ ਜ਼ਿਆਦਾ ਟਾਈਮ ਨੱਚਣਾ ਤੇ ਫਿਰ ਸਾਨੂੰ ਉਹ ਪੱਟਾਂ ਦੇ ਵਿੱਚ ਜੇ ਜੋਰ ਚਾਹੀਦਾ ਤੇ ਉਹਦੇ ਕਰਕੇ ਉਹ ਕੋਈ ਕਿਸੇ ਤਰੀਕੇ ਦਾ ਨਸ਼ਾ ਲਿਆ ਜਾਂਦਾ ਸ਼ਖਰ ਜੀ ਤੁਸੀਂ ਬਹੁਤ ਸੈਂਸਿਟਿਵ ਮੁੱਦੇ ਉੱਤੇ ਮੇਰੇ ਕੋਲੋਂ ਪੁੱਛਣਾ ਚਾ ਰਹੇ ਹੋ ਪਰ ਇਹ ਚੀਜ਼ ਮੈਨੂੰ ਲੱਗਦਾ ਸਾਰਿਆਂ 'ਚ ਨਹੀਂ ਹੁੰਦੀ। ਹਮ ਪੱਟਾਂ ਦਾ ਜ਼ੋਰ ਦਿਖਾਉਣ ਲਈ ਉਹਦੇ ਲਈ ਮਿਹਨਤ ਕਰਨੀ ਪੈਂਦੀ ਆ। ਤੇ ਜਿਨ੍ਹਾਂ ਨੇ ਮਿਹਨਤ ਕੀਤੀ ਹੁੰਦੀ ਉਹਨਾਂ ਨੂੰ ਨਸ਼ਿਆਂ ਦੀ ਜ਼ਰੂਰਤ ਨਹੀਂ ਪੈਂਦੀ। ਬਿਲਕੁਲ ਜਦੋਂ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਅੱਜ ਤੱਕ ਕਦੇ ਕਿਸੇ ਨਸ਼ੇ ਨੂੰ ਪ੍ਰਮੋਟ ਨਹੀਂ ਕੀਤਾ। ਅਸੀਂ ਅੱਜ ਤੱਕ ਕਦੇ ਨਸ਼ਾ ਕਰਕੇ ਕਿਸੇ ਸਟੇਜ ਦੇ ਉੱਤੇ ਪਰਫਾਰਮ ਨਹੀਂ ਕੀਤਾ। ਹਮ ਸੇ ਇਹ ਤਾਂ ਸਾਡੀ ਸਰਸਵਤੀ ਮਾਤਾ ਦੀ ਗੋਦ ਆ। ਬਿਲਕੁਲ ਮਾਂ ਦੀ ਗੋਦ ਦੇ ਵਿੱਚ ਸ਼ਰਾਬ ਦਾ ਪੈਗ ਲਾ ਕੇ ਨਹੀਂ ਬੈਹ ਹੁੰਦਾ। ਹਮ ਤੇ ਜਿਹੜੇ ਲੋਕ ਇਹ ਕੰਮ ਕਰਦੇ ਆ ਨਾ ਉਹਨਾਂ ਨੂੰ ਤਾਂ ਫਿਰ ਸਟੇਜ ਇਦਾਂ ਹੀ ਦਿਖਾਂਦੀ ਆ ਫਿਰ ਜਿਹੜੇ ਤੁਸੀਂ ਕਹਿ ਰਹੇ ਹੋ ਮਸਲੇ ਹੁੰਦੇ ਆ ਫਿਰ ਇਦਾਂ ਹੀ ਹੁੰਦੇ ਆ ਤੇ ਜੇ ਯੂਨੀਵਰਸਿਟੀਆਂ ਦੀ ਗੱਲ ਕਰੀਏ ਬਹੁਤ ਹੁਣ ਤਾਂ ਵੈਸੇ ਟੀਮਾਂ ਬਹੁਤ ਘੱਟ ਨੇ ਪਰ ਮੈਨੂੰ ਲੱਗਦਾ ਨਹੀਂ ਕਿ ਕੋਈ ਇਦਾਂ ਦਾ ਚਾਂਸ ਹੈ ਕਿਉਂਕਿ ਉੱਥੇ ਸਿਕਿਉਰਿਟੀਆਂ ਬਹੁਤ ਹੁੰਦੀਆਂ ਨੇ ਅੱਜ ਕੱਲ ਤਾਂ ਚੈੱਕਅਪ ਬਹੁਤ ਹੈ ਸਟੇਜ ਤੇ ਚੜਨ ਤੋਂ ਪਹਿਲਾਂ ਟੀਮਸ ਜਿਹੜੀਆਂ ਨੇ ਉਹਨਾਂ ਦਾ ਆਈ ਕਾਰਡ ਚੈੱਕ ਹੁੰਦਾ ਸਟੇਜ ਦੇ ਉੱਤੇ ਮੈਂ ਬਾਕੀ ਯੂਨੀਵਰਸਿਟੀਆਂ ਦਾ ਜ਼ਿਆਦਾ ਨਹੀਂ ਮੈਂ ਕਹਿ ਸਕਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਸਟੇਜ ਪਰਫਾਰਮ ਕਰਨ ਤੋਂ ਪਹਿਲਾਂ ਸਟੇਜ ਦੇ ਉੱਤੇ ਟੀਮ ਆ ਜਾਂਦੀ ਹੈ ਤੇ ਉਹਨਾਂ ਦੇ ਆਈ ਕਾਰਡ ਚੈੱਕ ਕੀਤੇ ਜਾਂਦੇ ਆ ਤੇ ਜੇ ਕੋਈ ਚੰਗਾ ਰਿਪਿਊਟਡ ਅਫਸਰ ਤੁਹਾਡਾ ਆਈ ਕਾਰਡ ਚੈੱਕ ਕਰਨ ਆ ਰਿਹਾ ਤੇ ਜੇ ਤੁਸੀਂ ਸ਼ਰਾਬ ਪੀਤੀ ਹੈ ਤਾਂ ਉਹ ਤਾਂ ਮੈਕ ਆ ਜਾਣੀ ਆ ਇਸ ਕਰਕੇ ਮੈਨੂੰ ਲੱਗਦਾ ਪੋਸਿਬਿਲਟੀ ਬਹੁਤ ਘੱਟ ਹੈ ਹੋ ਨਹੀਂ ਸਕਦਾ ਹਾਂ ਕੋਈ ਸੁੱਕਾ ਨਸ਼ਾ ਕੋਈ ਜਾਂ ਕੋਈ ਉਦਾਦਾ ਕੋਈ ਅਫੀਮ ਜਾਂ ਕੁਝ ਖਾਲਵੇ ਤੇ ਉਹਦਾ ਮੈਨੂੰ ਲੱਗਦਾ ਕੋਈ ਟੈਸਟ ਨਹੀਂ ਹੋ ਸਕਦਾ ਪਰ ਜੇ ਕੋਈ ਉਦਾਦਾ ਕੰਮ ਕਰਦਾ ਮੇਰੀ ਸਲਾਹ ਤਾਂ ਇਹ ਹੀ ਆ ਉਹ ਵੀ ਨਾ ਕਰੇ ਪਰ ਮਾਤਾ ਦੀ ਗੋਦ ਦੇ ਵਿੱਚ ਉਈ ਇਦਾਂ ਦਾ ਕੰਮ ਕਰਕੇ ਜਾਣਾ ਪਹਿਲੀ ਗੱਲ ਤਾਂ ਉਹੀ ਚੰਗਾ ਨਹੀਂ ਆ। ਬਿਲਕੁਲ। ਪਰ ਗੁਰਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਤਾਂ ਮੈਂ ਜ਼ਰੂਰ ਕਹਿ ਸਕਦਾ। ਬਾਕੀਆਂ ਦੇ ਵਿੱਚ ਵੀ ਹੋਊਗਾ ਜ਼ਰੂਰ। ਕਿ ਨਹੀਂ ਹੋ ਸਕਦਾ। ਪੌਸਿਬਿਲਿਟੀ ਨਹੀਂ ਲੱਗਦੀ। ਤੇ ਅੱਜ ਕੱਲ ਦੇ ਜਿਹੜੇ ਮਾਪੇ ਪੰਜਾਬੀ ਸੱਭਿਆਚਾਰ ਤੋਂ ਦੂਰ ਰੱਖ ਰਹੇ ਨੇ ਆਪਣੇ ਬੱਚਿਆਂ ਨੂੰ ਚਾਹੇ ਉਹ ਮੁੰਡਾ ਚਾਹੇ ਕੁੜੀ ਐ ਜਾਂ ਪੰਜਾਬੀ ਬੋਲਣਾ ਨਹੀਂ ਸਿਖਾਉਂਦੇ ਵੀ ਉਹ ਕਹਿੰਦੇ ਨੇ ਬੇਇੱਜ਼ਤੀ ਹੁੰਦੀ ਆ ਪੰਜਾਬੀ ਨਹੀਂ ਬੋਲਣੀ ਹਨਾ। ਫਾਈਨ ਹੋ ਜਾਂਦਾ ਇਸ ਦਾ। ਹਾਂ ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ। ਪੰਜਾਬ ਦੇ ਵਿੱਚ ਰਹਿ ਕੇ ਪੰਜਾਬੀ ਮਾਂ ਬੋਲੀ ਨੂੰ ਜਿਹੜੇ ਪਿੱਛੇ ਸੁੱਟਦੇ ਆ। ਪਹਿਲਾ ਤਾਂ ਉਹਨਾਂ ਬੰਦਿਆਂ ਤੋਂ ਸਾਨੂੰ ਨਫ਼ਰਤ ਆ। ਜੀ। ਦੂਜੀ ਗੱਲ ਜਿਹੜੇ ਸਕੂਲ ਪੰਜਾਬੀ ਬੋਲਣ ਤੇ ਪੰਜਾਬ ਦੇ ਵਿੱਚ ਫਾਈਨ ਲਾਈ ਜਾਂਦੇ ਆ ਉਹਨਾਂ ਤੋਂ ਬਹੁਤ ਨਫ਼ਰਤ ਆ। ਸਾਡਾ ਆਪਣਾ ਸਕੂਲ ਆ ਜਿੱਦਾਂ ਮੈਂ ਤੁਹਾਨੂੰ ਦੱਸਿਆ। ਉਹ ਕਿਹਨਾਂ ਵੀ CBSE ICSE ਬੋਰਡ ਆ। ਫਿਰ ਕੀ ਹੋ ਗਿਆ? ਹੂੰ। ਬਾਕੀ ਸਟੇਟਾਂ ਦੇ ਵਿੱਚ ਉਹ ਆਪਣੇ ਸਟੇਟਾਂ ਦੀਆਂ ਲੈਂਗੁਏਜ ਨੂੰ ਅੱਗੇ ਪ੍ਰਮੋਟ ਨਹੀਂ ਕਰਦੇ। ਹੂੰ। ਸਾਡੇ ਪੰਜਾਬ 'ਚ ਕੀ ਆ? ਸਾਡੇ ਪੰਜਾਬ ਦੇ ਵਿੱਚ ਤੁਸੀਂ ਦੂਜੀਆਂ ਲੈਂਗੁਏਜ ਨੂੰ ਪ੍ਰਮੋਟ ਕਰੀ ਜਾਂਦੇ ਆ। ਬਿਲਕੁਲ। ਪੰਜਾਬੀ ਬੋਲਣ ਵਾਲਾ ਬੰਦਾ ਅਨਪੜ੍ਹ ਥੋੜੀ ਐ? ਹੂੰ। ਉਹ ਤਾਂ ਸਾਡਾ ਗੱਲ ਕਰਨ ਦਾ ਇੱਕ ਮੀਡੀਅਮ ਆ। ਹੂੰ। ਜਿਹੜੇ ਬਾਹਰ ਗੋਰੇ ਜੰਮਦੇ ਆ ਉਹਨਾਂ ਦਾ ਲੈਂਗੁਏਜ ਇੰਗਲਿਸ਼ ਆ ਬਿਲਕੁਲ ਉਹ ਪੰਜਾਬੀ ਸਿੱਖਣਾ ਚਾਹੁੰਦੇ ਆ ਹੂੰ ਇਹਦਾ ਮਤਲਬ ਆ ਕਿ ਉਹ ਅਨਪੜ ਹੋ ਗਏ ਸਾਡੇ ਲਈ ਨਹੀਂ ਇਹ ਤਾਂ ਫਿਰ ਇੱਕ ਗੱਲ ਕਰਨ ਦੇ ਮੀਡੀਅਮ ਨੂੰ ਤੁਸੀਂ ਇੱਕ ਅਨਪੜ ਔਰ ਪੜ੍ਹੇ ਲਿਖੇ ਵਾੜਾ ਟੈਗ ਦੇਣਾ ਸ਼ੁਰੂ ਕਰ ਦਿਓ ਜਿੱਦਾਂ ਹੁਣ ਸਕੂਲਾਂ ਕਾਲਜਾਂ ਦੇ ਵਿੱਚ ਜੇ ਫਾਈਨ ਜਿਹੜੇ ਲਾਉਂਦੇ ਸੀ ਇੱਕ ਦੋ ਵਾਰ ਪ੍ਰੋਟੈਸਟ ਵੀ ਕੀਤਾ ਕੁਝ ਐਸੋਸੀਏਸ਼ਨਸ ਨੇ ਅਸੀਂ ਵੀ ਚਲੋ ਨਾਲ ਸੀ ਉਹਨਾਂ ਦੇ ਪਰ ਉਹਦੇ ਵਿੱਚ ਸਾਨੂੰ ਕੋਈ ਚੰਗਾ ਹੁੰਗਾਰਾ ਨਹੀਂ ਮਿਲਿਆ ਸਕੂਲਾਂ ਵੱਲੋਂ ਹੂੰ ਉਹ ਆਪਣੀਆਂ ਮਨਮਰਜ਼ੀਆਂ ਜ਼ਰੂਰ ਕਰਦੇ ਰਹੇ ਪਰ ਇਹ ਚੀਜ਼ ਚੰਗੀ ਨਹੀਂ ਆ ਆਉਣ ਵਾਲੇ ਸਮੇਂ ਲਈ ਚੰਗੀ ਨਹੀਂ ਆ ਜੋ ਸਮਾ ਚੱਲ ਰਿਹਾ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਹੁਣ ਵੀ ਅਸੀਂ ਇਕੱਠੇ ਨਾ ਹੋਏ ਮੈਂ ਉਹਨਾਂ ਸਾਰੇ ਸੀਨੀਅਰਸ ਤੋਂ ਅਪੀਲ ਕਰਦਾ ਅਸੀਂ ਬਹੁਤ ਸਾਰੇ ਪਹਿਲਾਂ ਵੀ ਉਪਰਾਲੇ ਕੀਤੇ ਆ ਅੱਗੇ ਵੀ ਕਰਦੇ ਰਵਾਂਗੇ ਜਿੰਨੇ ਸਮਰੱਥਾ ਪਰਮਾਤਮਾ ਦੇਵੇਗਾ ਅਸੀਂ ਕਰਦੇ ਰਵਾਂ ਹੱਜ ਵੀ ਅਪੀਲ ਕਰਦੇ ਸਾਰੇ ਸੀਨੀਅਰਸ ਨੂੰ ਕਿ ਅਸੀਂ ਜੁੜੀਏ ਇਕੱਠੇ ਹੋਈਏ ਬਿਲਕੁਲ ਇਸ ਚੀਜ਼ ਦੇ ਉੱਤੇ ਹੰਬੜਾ ਜ਼ਰੂਰ ਮਾਰੀਏ ਕਿ ਸਾਡਾ ਸੱਭਿਆਚਾਰ ਜਿੱਥੇ ਹੈਗਾ ਮੈਂ ਕਹਿੰਨਾ ਪ੍ਰਮਾਤਮਾ ਕਰੇ ਉੱਪਰ ਜਾਵੇ ਥੱਲੇ ਨਾ ਆਵੇ ਬਿਲਕੁਲ ਬਿਲਕੁਲ ਬਸ ਸਾਡੀ ਤਾਂ ਇਹੀ ਅਪੀਲ ਹੈ ਵਾਕੇ ਇਕੱਠੇ ਹੋਣ ਦੀ ਲੋੜ ਹੈ ਪੰਜਾਬ ਤਾਂ ਹੀ ਬਚ ਸਕਦਾ ਬਿਲਕੁਲ ਇਕੱਠੇ ਹੋਣ ਦੀ ਜ਼ਰੂਰਤ ਹੈ ਜੀ ਹਾਂ ਬੋਲੀਆਂ ਦੇ ਵਿੱਚ ਇੱਕ ਪਹਿਰਾਵੇ ਦੇ ਵਿੱਚ ਫਰਕ ਹੋ ਸਕਦਾ ਹੈ ਜੀ ਮਾਝਾ ਮਾਲਵਾ ਦੁਆਬਾ ਪੁਆਦੇ ਫਰਕ ਹੋ ਸਕਦਾ ਪਰ ਜੇ ਆਪਾਂ ਗੱਲ ਕਰੀਏ ਲੋਕ ਨਾਚ ਦੀ ਜਾਂ ਸੱਭਿਆਚਾਰ ਦੀ ਉਹ ਤਾਂ ਫਿਰ ਹਰ ਜਗ੍ਹਾ ਇੱਕੋ ਜਿਹੀ ਹੈ ਨਾ ਬਿਲਕੁਲ ਇੱਥੇ ਪੰਜਾਬ ਕਹਿ ਸਕਦੇ ਆ ਉੱਥੇ ਗੁੱਟ ਗੁੱਟ ਤੋੜ ਕਹਿ ਸਕਦੇ ਆ ਗੰਨਾ ਤੋੜ ਕਹਿ ਸਕਦੇ ਆ ਬਿਲਕੁਲ ਬਿਲਕੁਲ ਸਟੈਪ ਤਾਂ ਉਹੀ ਆ ਨਾ ਜੀ ਬੋਲੀ ਦਾ ਹੀ ਫਰਕ ਆ ਬਿਲਕੁਲ ਜੇ ਇਕੱਠੇ ਹੋ ਜਾਗੇ ਫਿਰ ਕੀ ਫਰਕ ਪੈਂਦਾ ਇਕੱਠੇ ਹੁੰਦੇ ਆ ਮਾਝੇ ਮਾਲਵੇ ਦੁਆਬੇ ਦੇ ਅਸੀਂ ਬੰਦੇ ਸਾਰੇ ਇਕੱਠੇ ਕਰਕੇ ਦੋ ਤਿੰਨ ਵਾਰ ਅਸੀਂ ਇਕੱਠ ਵੀ ਕੀਤਾ ਉਹਦਾ ਚੰਗਾ ਰਿਜ਼ਲਟ ਵੀ ਆਇਆ ਜਿਹਦੇ ਨਾਲ ਬਹੁਤ ਸਾਰੇ ਚੰਗੇ ਇਵੈਂਟ ਨਿਕਲੇ ਬੱਚਿਆਂ ਨੂੰ ਸੇਧ ਮਿਲੀ ਪਰ ਮੈਨੂੰ ਲੱਗਦਾ ਫਿਰ ਗੱਲ ਉੱਥੇ ਆ ਜਾਂਦੀ ਆ ਜਿਹੜੇ ਨਵੇਂ ਉੱਠਦੇ ਆ ਉਹ ਫਿਰ ਪੁਰਾਣਿਆਂ ਨੂੰ ਭੁੱਲ ਜਾਂਦੇ ਆ ਹੂੰ ਉਹ ਕਹਿੰਦੇ ਕਿ ਸਾਨੂੰ ਸ਼ਾਇਦ ਜ਼ਿਆਦਾ ਪਤਾ ਜੀ ਬਿਲਕੁਲ ਹੈ ਜਿਹੀਆਂ ਚੀਜ਼ਾਂ ਨੇ ਤਾਂ ਜੀ ਤਰਨ ਜੀ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਔਰ ਪੰਗੜਾ ਐਕਚੁਅਲ ਦੇ ਵਿੱਚ ਤੁਸੀਂ ਜਿਹੜਾ ਚੰਗਾ ਪੰਗੜਾ ਹੈ ਚੰਗਾ ਸੱਭਿਆਚਾਰ ਤੁਸੀਂ ਜਿਹੜਾ ਪ੍ਰਮੋਟ ਕਰ ਰਹੇ ਹੋ ਔਰ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾ ਐਵੇਂ ਹੀ ਪ੍ਰਮੋਟ ਕਰਦੇ ਰਹੋਗੇ ਤਾਂ ਕਿ ਲੋਕ ਤੁਹਾਨੂੰ ਪਿਆਰ ਕਰਨ ਔਰ ਇਹ ਪੰਜਾਬ ਅਸੀਂ ਪਹੁੰਚਾ ਸਕੀਏ ਹੋਰ ਜਿਹੜੇ ਨਵੀਂ ਪੀੜ੍ਹੀ ਹੈ ਜੀ ਉਹਨੂੰ ਪੰਜਾਬ ਦਿਖਾ ਸਕੀ ਵੀ ਅਸਲ ਪੰਜਾਬ ਕੀ ਹੈ ਜੀ ਬਹੁਤ ਬਹੁਤ ਧੰਨਵਾਦ ਔਰ ਮੈਂ ਚਾਹਉਣਾ ਕਿ ਇਦਾਂ ਦੇ ਪਲੇਟਫਾਰਮ ਜਿਹੜੇ ਆ ਉਹ ਕ੍ਰੀਏਟ ਹੁੰਦੇ ਰਹਿਣੇ ਚਾਹੀਦੇ ਆ ਇਸ ਵਿਸ਼ੇ ਦੇ ਉੱਤੇ ਚਰਚਾ ਆਰ ਐਨ ਡੀ ਬਹੁਤ ਜ਼ਰੂਰੀ ਹੈ ਬਿਲਕੁਲ ਰਿਸਰਚ ਤੋਂ ਬਾਅਦ ਡਿਸਕਸ ਔਰ ਉਸ ਤੋਂ ਬਾਅਦ ਡਵੈਲਪਮੈਂਟ ਬਿਲਕੁਲ ਬਹੁਤ ਜ਼ਰੂਰੀ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਦੈਨਿਕ ਸਵੇਰਾ ਦਾ ਜੀ ਬਹੁਤ ਬਹੁਤ ਧੰਨਵਾਦ ਸਵੇਸੀਗੇ ਸਾਡੇ ਨਾਲ ਤਰुणਪਾਲ ਸਿੰਘ ਜਿਨ੍ਹਾਂ ਨੇ ਬਹੁਤ ਸਾਰੇ ਰਿਕਾਰਡ ਆਪਣੇ ਨਾਮ ਕੀਤੇ ਹੋਏ ਅਤੇ ਇੱਕ ਚੰਗਾ ਭੰਗੜਾ ਜਿਹੜਾ ਪ੍ਰਮੋਟ ਕਰ ਰਹੇ ਨੇ ਚੰਗਾ ਸੱਭਿਆਚਾਰ ਪ੍ਰਮੋਟ ਕਰ ਰਹੇ ਨੇ ਔਰ ਮੇਰੀ ਇਹੀ ਅਪੀਲ ਹੈ ਲੋਕਾਂ ਨੂੰ ਜਿਹੜੇ ਦਰਸ਼ਕ ਇਹ ਦੇਖ ਰਹੇ ਨੇ ਵੀ ਆਪਣੇ ਬੱਚਿਆਂ ਨੂੰ ਜਿਹੜੇ ਨਵੇਂ ਬੱਚੇ ਨੇ ਉਹਨਾਂ ਨੂੰ ਪੰਜਾਬ ਦੇ ਨਾਲ ਜੁੜੋ ਪੰਜਾਬੀ ਸੱਭਿਆਚਾਰ ਦੇ ਨਾਲ ਜੁੜੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਪੰਜਾਬ ਜਿੰਨਾ ਹੁਣ ਤੱਕ ਖਤਮ ਹੋ ਚੁੱਕਿਆ ਹੈ ਇਹਨੂੰ ਬਚਾਇਆ ਜਾ ਸਕੇ ਚੰਗੀਆਂ ਚੀਜ਼ਾਂ ਹਮੇਸ਼ਾ ਆਪਣੀ ਜ਼ਿੰਦਗੀ ਦੇ ਵਿੱਚ ਪ੍ਰਮੋਟ ਕਰੋ ਉਮੀਦ ਕਰਦਾ ਤੁਹਾਨੂੰ ਅੱਜ ਦਾ ਪੋਡਕਾਸਟ ਜ਼ਰੂਰ ਪਸੰਦ ਆਇਆ ਹੋਵੇਗਾ ਦੇਖਦੇ ਰਹੋ ਤਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर